ਸ਼੍ਰੀ ਵਾਹਿਗੁਰੂ ਸਾਹਿਬ ਜੀ ਤੁਧੇ ਅੱਗੇ ਅਰਦਾਸ ਹਮਾਰੀ ਜੀਉ ਪਿੰਡ ਸਭ ਤੇਰਾ ਕਹੁ ਨਾਨਕ ਸਭ ਤੇਰੀ ਵਡਿਆਈ ਕੋਈ ਨਾਉ ਨਾ ਜਾਣੈ ਮੇਰਾ ਗਿਆਨ ਧਿਆਨ ਕਿਸ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਰ ਰਾਖੀ ਮੇਰੀ ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਰ ਰਾਖੀ ਮੇਰੀ ਸਾਰ ਨਾ ਜਾਣਾ ਤੇਰੀ ਜੀ ਮੈਂ ਸਾਰ ਨਾ ਜਾਣਾ ਤੇਰੀ ਸਾਰ ਨਾ ਜਾਣਾ ਤੇਰੀ ਵਾਹਿਗੁਰੂ ਸਾਰ ਨਾ ਜਾਣਾ ਤੇਰੀ ਸਾਰ ਨਾ ਜਾਣਾ ਤੇਰੀ ਸਾਰ ਨਾ ਜਾਣਾ ਤੇਰੀ ਸਾਰ ਨਾ ਜਾਣਾ ਤੇਰੀ ਵਾਹਿਗੁਰੂ ਸਾਰ ਨਾ ਸਾਰ ਨਾ ਜਾਣਾ ਤੇਰੀ ਵਾਹਿਗੁਰੂ ਸਾਰ ਨਾ ਜਾਣਾ ਤੇਰੀ ਸਾਰ ਨਾ ਜਾਣਾ ਤੇਰੀ ਵਾਹਿਗੁਰੂ ਸਾਰ ਨਾ ਜਾਣਾ ਤੇਰੀ ਸਾਰ ਨਾ ਜਾਣਾ ਤੇਰੀ ਮੈਂ ਸਾਰ ਨਾ ਜਾਣਾ ਤੇਰੀ ਸਾਰ ਨਾ ਜਾਣਾ ਤੇਰੀ ਵਾਹਿਗੁਰੂ ਸਾਰ ਨਾ ਜਾਣਾ ਤੇਰੀ ਸਾਰ ਨਾ ਜਾਣਾ ਤੇਰੀ ਵਾਹਿਗੁਰੂ ਸਾਰ ਨਾ ਜਾਣਾ ਤੇਰੀ ਸਾਰ ਨਾ ਜਾਣਾ ਤੇਰੀ ਵਾਹਿਗੁਰੂ ਸਾਰ ਨਾ ਜਾਣਾ ਤੇਰੀ ਸਾਰ ਨਾ ਜਾਣਾ ਤੇਰੀ ਵਾਹਿਗੁਰੂ ਸਾਰ ਨਾ ਜਾਣਾ ਤੇਰੀ ਸਾਰ ਨਾ ਜਾਣਾ ਤੇਰੀ ਜੀ ਮੈਂ ਸਾਰ ਨਾ ਜਾਣਾ ਤੇਰੀ ਸਾਰ ਨਾ ਜਾਣਾ ਤੇਰੀ ਵਾਹਿਗੁਰੂ ਸਾਰ ਨਾ ਜਾਣਾ ਤੇਰੀ ਸਾਰ ਨਾ ਜਾਣਾ ਤੇਰੀ ਵਾਹਿਗੁਰੂ ਸਾਰ ਨਾ ਜਾਣਾ ਤੇਰੀ ਸਾਰ ਨਾ ਜਾਣਾ ਤੇਰੀ ਵਾਹਿਗੁਰੂ ਸਾਰ ਨਾ ਜਾਣਾ ਤੇਰੀ ਸਾਰ ਨਾ ਜਾਣਾ ਤੇਰੀ ਜੀ ਮੈਂ ਸਾਰ ਨਾ ਜਾਣਾ ਤੇਰੀ ਸਾਰ ਨਾ ਜਾਣਾ ਤੇਰੀ ਸਾਰ ਨਾ ਜਾਣਾ ਤੇਰੀ ਗਿਆਨ ਧਿਆਨ ਕਿਸ ਕਰਮ ਨ ਜਾਣਾ 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 ਗਿਆਨ ਧਿਆਨ ਕਿਸ
ਕਰਮ ਨਾ ਜਾਣਾ ਗਿਆਨ ਕਿਛ ਕਰਮ ਨਾ ਜਾਣਾ ਗਿਆਨ ਧਿਆਨ 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 ਕਿਛ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਵਾਹਿਗੁਰੂ ਸਾਰ ਨਾ ਜਾਣਾ ਤੇਰੀ ਸਾਰ ਨਾ ਜਾਣਾ ਤੇਰੀ ਵਾਹਿਗੁਰੂ ਸਾਰ ਨਾ ਜਾਣਾ ਤੇਰੀ ਜਾਣਾ ਤੇਰੀ ਵਾਹਿਗੁਰੂ ਸਾਰ ਨਾ ਜਾਣਾ ਤੇਰੀ ਸਾਰ ਨਾ ਜਾਣਾ ਤੇਰੀ ਵਾਹਿਗੁਰੂ ਸਾਰ ਨਾ ਜਾਣਾ ਤੇਰੀ ਗਿਆਨ ਧਿਆਨ ਕਿਛ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਭੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ ਪਰਮ ਸਨਮਾਨ ਯੋਗ ਜੁਗੋ ਜੁਗ ਅਟਲ ਦਸਾਂਹੀ ਪਾਤਸ਼ਾਹੀਆਂ ਦੀ ਆਤਮਕ ਜੋਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਪਾਵਨ ਅਤੇ ਪਵਿੱਤਰ ਹਾਜ਼ਰੀ ਅਤੇ ਹਜ਼ੂਰੀ ਦੇ ਅੰਦਰ ਗੁਰੂ ਕਾ ਖਾਸ ਰੂਪ ਅਤਿ ਸਤਿਕਾਰਯੋਗ ਪਿਆਰੀ ਸਾਧ ਸੰਗਤ ਜੀਓ ਭਾਗਾਂ ਵਾਲਿਆਂ ਜੋ ਸਤਸੰਗ ਦੇ ਵਿੱਚ ਚੱਲ ਕੇ ਆਏ ਹਾਂ ਬੜੇ ਲੰਬੇ ਸਮੇਂ ਤੋਂ ਆਪ ਜੀ ਲਾਹੇ ਲੈ ਰਹੇ ਹੋ ਬੜੇ ਮਹਾਂਪੁਰਖਾਂ ਨੇ ਹਾਜ਼ਰੀਆਂ ਭਰੀਆਂ ਸੋ ਸਤਿਗੁਰਾਂ ਦੀ ਮਹਾਂਪੁਰਖਾਂ ਦੀ ਕਿਰਪਾ ਹੋਈ ਹੈ ਆਪਾਂ ਨੂੰ ਹੁਣ ਫਿਰ ਮਹਾਰਾਜ ਜੀ ਨੇ ਸਮਾਂ ਬਖਸ਼ਿਆ ਸਤਸੰਗ ਦਾ ਕਲਯੁਗ ਮੈਂ ਕੀਰਤਨ ਪ੍ਰਧਾਨਾ ਗੁਰਮੁਖ ਜਪੀਐ ਲਾਏ ਧਿਆਨਾ ਆਪ ਤਰੈ ਸਗਲੈ ਕੁਲ ਤਾਰੈ ਹਰ ਦਰਗੈ ਪਤ ਸਿਉ ਜਾਇਂਦਾ ਭਾਗਾਂ ਵਾਲਿਆਂ ਜੋ ਮਹਾਂਪੁਰਖਾਂ ਦੀ ਯਾਦ ਵਿੱਚ ਜੁੜੇ ਹਾਂ ਇਹ ਪਹਿਲਾ ਮਹਾਨ ਗੁਰਮਤਿ ਸੰਤ ਸਮਾਗਮ ਜੋ ਬਾਬਾ ਜ਼ੋਰਾਵਰ ਸਿੰਘ ਬਾਬਾ ਫਤਿਹ ਸਿੰਘ ਜੀ ਅਤੇ ਮਾਤਾ ਗੁਜਰ ਕੌਰ ਜੀ ਅਤੇ ਸੱਚਖੰਡ ਵਾਸੀ ਬ੍ਰਹਮ ਗਿਆਨੀ ਸੰਤ ਬਾਬਾ ਅਜੀਤ ਸਿੰਘ ਜੀ ਹੰਸਾਲੀ ਸਾਹਿਬ ਵਾਲਿਆਂ ਦੀ ਯਾਦ ਨੂੰ ਸਮਰਪਿਤ ਇਹ ਪਹਿਲਾ ਮਹਾਨ ਗੁਰਮਤਿ ਸੰਤ ਸਮਾਗਮ ਮਹਾਂਪੁਰਖਾਂ ਦੀ ਸਤਿਗੁਰਾਂ ਦੀ ਕਿਰਪਾ ਸਦਕਾ ਰੱਖੇ ਗਏ ਨੇ ਦੋ ਦਿਨ ਦਾ ਇਹ ਸਮਾਗਮ ਸੀ ਅੱਜ ਦੂਸਰੇ ਦਿਨ ਦੀ ਸਮਾਪਤੀ ਅੱਜ ਦੂਸਰੇ ਦਿਨ ਦੇ ਦੀਵਾਨ ਦੀ ਆਪਾਂ ਹਾਜ਼ਰੀ ਸਾਧ ਸੰਗਤ ਭਰ ਰਹੇ ਹਾਂ ਭਾਗਾਂ ਵਾਲਿਆਂ ਆਪ ਸਾਰੀਆਂ ਸੰਗਤਾਂ ਨੇ ਕਿੰਨੇ ਮਹਾਂਪੁਰਖਾਂ ਦੇ ਦਰਸ਼ਨ ਦਿਦਾਰੇ ਕੀਤੇ ਸਵੇਰ ਤੋਂ ਹੀ ਦਰਸ਼ਨ ਕਰ ਰਹੇ ਹਾਂ ਮਹਾਂਪੁਰਖਾਂ ਦੇ ਇਹ ਸਤਸੰਗ ਦੀਆਂ ਘੜੀਆਂ ਨੇ ਜਿਹੜੀਆਂ ਬਿਨਾਂ ਭਾਗਾਂ ਤੋਂ ਪ੍ਰਾਪਤ ਨਹੀਂ ਹੁੰਦੀਆਂ ਹਨ ਆਓ ਆਪਾਂ ਸਾਧ ਸੰਗਤ ਹੁਣ ਵਿਚਾਰਾਂ ਦੀ ਸਾਂਝ ਪਾਉਣ ਤੋਂ ਪਹਿਲਾਂ ਇੱਕ ਵਾਰ ਫਤਿਹ ਦੀ ਸਾਂਝ ਪਾ ਲਈਏ ਕੋਈ ਵੀ ਰਸਨਾ ਵਾਂਝੀ ਨਾ ਰਹੇ ਜਿੱਥੇ ਤੱਕ ਵੀ ਆਵਾਜ਼ ਜਾਂਦੀ ਹੈ ਸਾਰੀ ਗੱਜ ਵੱਜ ਕੇ ਬੋਲਿਓ ਜੀ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਗਾਂ ਵਾਲਿਆਂ ਸਾਧ ਸੰਗਤ ਜੀ ਜੋ ਮਹਾਂਪੁਰਖਾਂ ਦੇ ਦਰਸ਼ਨ ਦਿਦਾਰੇ ਹੋ ਰਹੇ ਨੇ ਸਤਸੰਗ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ ਇਹ ਬਾਣੀ ਕਹਿੰਦੀ ਹੈ ਵੀ ਇਹ ਬਿਨਾਂ ਭਾਗਾਂ ਤੋਂ ਬਿਨਾਂ ਕਰਮਾਂ ਤੋਂ ਸਾਨੂੰ ਸਤਸੰਗ ਪ੍ਰਾਪਤ ਨਹੀਂ ਹੁੰਦਾ ਕਿੰਨੇ ਹੀ ਅੱਜ ਦੇਖੋ ਮਹਾਂਪੁਰਖਾਂ ਨੇ ਹਾਜ਼ਰੀ ਭਰੀ ਕਿੰਨੇ ਮਹਾਂਪੁਰਖਾਂ ਦੇ ਆਪਾਂ ਨੂੰ ਦਰਸ਼ਨ ਹੋਏ ਸੰਗਤ ਹੋਈ ਸਤਸੰਗ ਦਾ ਫਲ ਤਾਂ ਸਾਧ ਸੰਗਤ ਅਲੱਗ ਹੈ ਮਹਾਂਪੁਰਖਾਂ ਦੇ ਦਰਸ਼ਨਾਂ ਦਾ ਫਲ ਅਲੱਗ ਹੈ ਮਹਾਂਪੁਰਖਾਂ ਦੇ ਦਰਸ਼ਨਾਂ ਦਾ ਸਾਧ ਸੰਗਤ ਫਲ ਬਹੁਤ ਵੱਡਾ ਹੈ
फिर आपां संगत कर रहे हैं ते उत्तों महापुरखां दे दर्शन हो रहे ने। इहदा फल बड़ा वड्डा है। आपां कहता दिंदे आ की लैणा जाके सतसंग दे विच, की लैणा जाके, पर इहदा जिहड़ा फल है उह आपां नूं मिलना है सतसंग, पता आपां नूं बाद विच लगदा है। इहदा फल भाई बहुत वड्डा है जिहड़ा आपां सतसंग कर रहे हैं, महापुरखां दे दर्शन हो रहे ने। ਇਹ ਤਾਂ ਭਾਗਾਂ ਵਾਲਿਆਂ ਨੂੰ ਮਿਲਦੇ ਨੇ, ਕਰਮਾਂ ਤੋਂ ਬਿਨਾਂ ਸਾਧੂ ਦਾ ਮਿਲਾਪ ਨਹੀਂ ਹੁੰਦਾ। ਚਾਹੁੰਦਾ ਹਰ ਕੋਈ ਹੈ ਹਰ ਮਿਲਣੇ ਨੂੰ, ਮਨ ਲੋਚਦਾ ਕਰਮ ਮਿਲਾਵਣ ਹਾਰ। ਜਦੋਂ ਤੱਕ ਸਾਧ ਸੰਗਤ ਕੋਈ ਪੂਰਵਲਾ ਕਰਮ ਨਹੀਂ ਜਾਗਦਾ ਉਦੋਂ ਤੱਕ ਸਾਧੂ ਦਾ ਮੇਲਾ ਨਹੀਂ ਹੁੰਦਾ, ਉਦੋਂ ਤੱਕ ਸਾਧੂ ਦੇ ਦਰਸ਼ਨ ਨਹੀਂ ਹੁੰਦੇ। ਇਹ ਤਾਂ ਕੋਈ ਪੂਰਵਲਾ ਕਰਮ ਸਾਧ ਸੰਗਤ ਆਪਣਾ ਜਾਗਿਆ ਤੇ ਅੱਜ ਕਿੰਨੇ ਹੀ ਸਾਧੂਆਂ ਦੇ ਦਰਸ਼ਨ ਹੋ ਗਏ, ਕਿੰਨੇ ਹੀ ਮਹਾਂਪੁਰਖਾਂ ਦੇ ਦਰਸ਼ਨ ਹੋ ਗਏ, ਅਨੇਕਾਂ ਹੀ ਮਹਾਂਪੁਰਖਾਂ ਨੇ ਹਾਜ਼ਰੀਆਂ ਭਰੀਆਂ। ਸਾਧ ਸੰਗਤ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਜਗਤ ਜਲੰਦੇ ਨੂੰ ਤਾਰ ਰਹੇ ਨੇ। ਮਹਾਰਾਜ ਮਹਾਰਾਜ ਨੇ ਸਾਧ ਸੰਗਤ ਪਤਾ ਨੀ ਕਿੰਨਿਆਂ ਨੂੰ ਇਹ ਤਾਰਿਆ, ਸੱਚੇ ਪਾਤਸ਼ਾਹ ਨੇ ਆਪ ਨਾਰਾਇਣ ਕਲਾ ਧਾਰ ਜਗ ਮੈਂ ਪਰਵਰ। ਮਹਾਰਾਜ ਗੁਰੂ ਨਾਨਕ ਦੇਵ ਜੀ ਆਪ ਪਰਮੇਸ਼ਰ ਆਪ ਰੱਬ ਰੂਪ ਦੁਨੀਆਂ ਨੂੰ ਤਾਰਦੇ ਨੇ। ਸਾਧ ਸੰਗਤ ਤਾਰਦੇ ਤਾਰਦੇ ਇੱਕ ਦਿਨ ਇੱਕ ਪ੍ਰੇਮੀ ਦੇ ਘਰ ਚੱਲੇ ਗਏ, ਇੱਕ ਗ੍ਰਹਿ ਇੱਕ ਪ੍ਰੇਮੀ ਦੇ ਘਰ ਵਿੱਚ ਚਲੇ ਗਏ। ਸਾਧ ਸੰਗਤ ਉਹ ਪ੍ਰੇਮੀ ਸੀ ਨਾ ਜਿਹੜਾ ਮਹਾਂਪੁਰਖਾਂ ਦਾ ਬੜਾ ਸ਼ਰਧਾਲੂ ਸੀ, ਉਹ ਨੇਮੀ ਸੀ। ਉਹ ਆਏ ਗਏ ਮਹਾਂਪੁਰਖ ਦੀ, ਰੱਬ ਦੇ ਪਿਆਰੇ ਦੀ ਬੜੀ ਰਿਸਪੈਕਟ ਕਰਦਾ, ਬੜਾ ਸਤਿਕਾਰ ਕਰਦਾ ਸੀ ਉਹਨਾਂ ਦਾ। ਉਹ ਕੋਈ ਵੀ ਆ ਜਾਵੇ, ਚਾਹੇ ਭੇਖੀ ਹੋਵੇ ਚਾਹੇ ਅਸਲ ਸੰਤ ਹੋਵੇ, ਉਹ ਹਰੇਕ ਦਾ ਹੀ ਸਤਿਕਾਰ ਕਰਦਾ, ਬਰਾਬਰ ਸਤਿਕਾਰ ਕਰਦਾ ਹਰੇਕ ਦਾ ਹੀ। ਪਰ ਸਾਧ ਸੰਗਤ ਜਿੰਨੇ ਵੀ ਉਹਦੇ ਘਰ ਆਉਂਦੇ, ਗ੍ਰਹਿ ਵਿੱਚ ਆਉਂਦੇ, ਉਹ ਸਵਾਲ ਕਰਦਾ ਹਰੇਕ ਨੂੰ। ਉਹ ਸਵਾਲ ਸਾਧ ਸੰਗਤ ਉਹਦਾ ਇਹ ਸੀ ਵੀ ਸਾਧੂ ਦੇ ਦਰਸ਼ਨਾਂ ਦਾ ਕੀ ਫਲ ਹੁੰਦਾ ਹੈ ਤੇ ਸਾਧੂ ਦੀ ਸੰਗਤ ਦਾ ਕੀ ਫਲ ਹੈ। ਉਹ ਸਵਾਲ ਕਰਦਾ ਹਰੇਕ ਨੂੰ, ਇਹ ਸਾਧੂ ਨੂੰ ਜਿਹੜਾ ਵੀ ਉਹਦੇ ਘਰ ਰੱਬ ਰੰਗੀ ਰੂਹ ਆ ਜਾਂਦੀ, ਉਹਨੂੰ ਇਹਨੇ ਸਵਾਲ ਕਰਨਾ ਬਈ ਸਾਧੂ ਦੇ ਦਰਸ਼ਨਾਂ ਦਾ ਫਲ ਦੱਸੋ ਵੀ ਕੀ ਹੁੰਦਾ, ਵੀ ਸਾਧੂ ਦੀ ਸੰਗਤ ਦਾ ਫਲ ਦੱਸੋ ਕੀ ਹੁੰਦਾ। ਸਾਧ ਸੰਗਤ ਫਿਰ ਜਿੰਨੀ ਜਿੰਨੀ ਮਹਾਰਾਜ ਨੇ ਬੁੱਧ ਬਖਸ਼ੀ ਹੈ ਆਪਣੀ ਆਪਣੀ ਬੁੱਧ ਦੇ ਅਨੁਸਾਰ ਸਾਰੇ ਹੀ ਦੱਸ ਦਿੰਦੇ, ਆਪਣੀ ਆਪਣੀ ਬੁੱਧ ਦੇ ਅਨੁਸਾਰ ਦੱਸ ਦਿੰਦੇ। ਜਿੰਨਾ ਜਿੰਨਾ ਕਿਸੇ ਨੇ ਕੋਈ ਪੜ੍ਹਿਆ ਉਹ ਦੱਸ ਜਾਂਦਾ ਵੀ ਭਾਈ ਏਦਾਂ ਏ, ਇੰਨਾ ਫਲ ਹੈ ਸਾਧੂ ਦੇ ਦਰਸ਼ਨਾਂ ਦਾ। ਪਰ ਸਾਧ ਸੰਗਤ ਉਹਦੇ ਮਨ ਨੂੰ ਜਿਹੜੀ ਅਸਲ ਤਸੱਲੀ ਨਹੀਂ ਹੋਈ, ਉਹ ਹਲੇ ਨਾ ਸੰਸਾ ਰਹਿ ਗਿਆ, ਉਹਦੇ ਮਨ ਦੇ ਵਿੱਚ ਪੂਰੀ ਤਸੱਲੀ ਨਹੀਂ ਹੋਈ, ਪੂਰੀ ਗੱਲ ਨਹੀਂ ਬਣੀ। ਮਨ ਦੇ ਵਿੱਚ ਸੰਸਾ ਰਹਿ ਗਿਆ, ਹੁਣ ਪੁੱਛ ਭਾਵੇਂ ਹਰੇਕ ਨੂੰ ਲੰਦਾ ਵੀ ਸਾਧੂ ਦੇ ਦਰਸ਼ਨਾਂ ਦਾ ਕੀ ਫਲ ਹੈ। ਪਰ ਸਾਧ ਸੰਗਤ ਅਸਲ ਜਿਹੜੀ ਤਸੱਲੀ ਹੋਣੀ ਸੀ ਉਹ ਨਹੀਂ ਹੋਈ। ਉਹ ਕੌਣ ਕਰ ਸਕਦਾ? ਉਹ ਪੂਰਾ ਗੁਰੂ ਕਰ ਸਕਦਾ, ਪੂਰਾ ਪ੍ਰਭ ਰਾਧੇ ਹੈ, ਪੂਰਾ ਜਾਂ ਕਾ ਨਾਨਕ ਪੂਰਾ ਪਾਇਆ ਪੂਰੇ ਕੇ ਗੁਣ ਗਾ। ਸਾਧ ਸੰਗਤ ਜਿਹੜਾ ਗੁਰੂ ਹੈ ਨਾ ਪੂਰਾ, ਉਹੀ ਫਿਰ ਸਾਰਾ ਕੁਝ ਕਿਰਪਾ ਕਰਕੇ ਦਿਖਾ ਸਕਦਾ। ਮਹਾਰਾਜ ਤਾਂ ਪ੍ਰੈਕਟੀਕਲੀ ਦਿਖਾ ਸਕਦੇ ਨੇ, ਫਿਰ ਗੁਰੂ ਦਾ ਤਾਂ ਕੰਮ ਹੀ ਕੀ ਹੈ? ਭੁੱਲੇ ਮਾਰਗ ਜਿਹਨੇ ਬਤਾਇਆ ਐਸਾ ਗੁਰ ਵਡਭਾਗੀ ਪਾਇਆ। ਫਿਰ ਸਾਧ ਸੰਗਤ ਬਾਣੀ ਕਹਿੰਦੀ ਹੈ ਨਾ, ਭੁੱਲਿਆਂ ਨੂੰ ਮਾਰਗ ਪਾਵੇ ਜੀ ਗੁਰ ਮੇਰਾ, ਭੁੱਲਿਆਂ ਨੂੰ ਉਹ ਭੁੱਲਿਆਂ ਨੂੰ ਮਾਰਗ ਪਾਵੇ ਜੀ ਗੁਰ ਮੇਰਾ, ਭੁੱਲਿਆਂ ਨੂੰ ਗੁਰ ਮੇਰਾ, ਭੁੱਲਿਆਂ ਨੂੰ ਮਾਰਗ ਪਾਵੇ ਜੀ ਗੁਰ ਮੇਰਾ, ਭੁੱਲਿਆਂ ਨੂੰ
मार्ग पावे री गुरु मेरा भुले ਭੁੱਲਿਆਨੂੰ ਮਾਰਗ ਪਾਵੇ ਜੀ ਗੁਰ ਮੇਰਾ ਭੁੱਲਿਆਨੂੰ ਮਾਰਗ ਪਾਵੇ ਜੀ ਗੁਰ ਮੇਰਾ ਭੁੱਲਿਆਨੂੰ ਮਾਰਗ ਪਾਵੇ ਮਾਰਗ ਪਾਵੇ ਜੀ ਗੁਰ ਮੇਰਾ ਭੁੱਲਿਆ ਨੂੰ ਭੁੱਲਿਆਨੂੰ ਮਾਰਗ ਪਾਵੇ ਜੀ ਗੁਰ ਮੇਰਾ ਭੁੱਲਿਆਨੂੰ ਮਾਰਗ ਪਾਵੇ 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 ਗੁਰ ਮੇਰਾ ਭੁੱਲਿਆਨੂੰ ਭੁੱਲੇ ਮਾਰਗ ਜਿਨ੍ਹੇ ਬਤਾਇਆ ਐਸਾ ਗੁਰ ਵਡਭਾਗੀ ਫਿਰ ਸਾਧ ਸੰਗਤ ਜਿਹੜਾ ਗੁਰੂ ਆ ਨਾ ਪੂਰਾ ਉਹ ਤਾਂ ਸ਼ੰਕਾ ਨਿਮਿਰਤ ਕਰ ਦਿੰਦਾ ਸ਼ੰਕਾ ਨਹੀਂ ਰਹਿਣ ਦਿੰਦਾ ਹੁਣ ਉਹ ਜਿਹੜਾ ਵੀ ਆਉਂਦਾ ਸਾਧ ਸੰਗਤ ਉਹਦੇ ਘਰ ਹਰੇਕ ਨੂੰ ਇਹੀ ਪ੍ਰਸ਼ਨ ਕਰਦਾ ਵੀ ਸੰਗਤ ਦਾ ਫਲ ਕੀ ਹੁੰਦਾ ਸਾਧੂ ਦੇ ਦਰਸ਼ਨਾਂ ਦਾ ਕੀ ਫਲ ਹੁੰਦਾ ਪਰ ਸਾਧ ਸੰਗਤ ਉਹਦਾ ਸੰਸਾ ਦੂਰ ਨਾ ਹੋਇਆ ਫਿਰ ਇੱਕ ਦਿਨ ਕੀ ਹੋਇਆ ਕਿਰਪਾ ਹੋ ਗਈ ਪੂਰੇ ਗੁਰੂ ਦਾ ਮਿਲਾਪ ਹੋ ਗਿਆ ਆਪ ਨਾਰਾਇਣ ਕਲਾ ਧਾਰ ਮਹਾਰਾਜ ਆਪ ਰੱਬ ਦਾ ਰੂਪ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਫਿਰ ਸਾਧ ਸੰਗਤ ਇੱਕ ਦਿਨ ਉਹਦੇ ਗ੍ਰਹਿ ਵਿਖੇ ਉਹਦੇ ਘਰ ਆ ਗਏ ਜਦੋਂ ਮਹਾਰਾਜ ਜੀ ਆਏ ਸਤਿਕਾਰ ਕਰਿਆ ਸਤਿਕਾਰ ਨਾਲ ਬਿਠਾਇਆ ਮਹਾਰਾਜ ਜੀ ਨੂੰ ਹਰੇਕ ਦਾ ਹੀ ਸਤਿਕਾਰ ਕਰਦਾ ਸੀ ਪਰ ਅੱਜ ਤਾਂ ਰੱਬ ਆ ਗਿਆ ਨਾ ਘਰੇ ਆਪ ਰੱਬ ਆ ਗਿਆ ਘਰੇ ਤੇ ਫਿਰ ਸਾਧ ਸੰਗਤ ਉਹਨੇ ਨਾ ਜਿਹੜੇ ਸਵਾਲ ਹੋਰਾਂ ਨੂੰ ਕਰਦਾ ਸੀ ਅੱਜ ਫਿਰ ਮਹਾਰਾਜ ਨੂੰ ਵੀ ਉਹੀ ਸਵਾਲ ਕਰਨ ਲੱਗਿਆ ਮਹਾਰਾਜ ਨਾਲ ਵੀ ਅੱਜ ਉਹੀ ਸਵਾਲ ਕਰਦਾ ਕਹਿੰਦਾ ਸੱਚੇ ਪਾਤਸ਼ਾਹ ਕਿਰਪਾ ਕਰੋ ਮੇਰੇ ਸਵਾਲ ਨੇ ਕੁਝ ਮੇਰੇ ਸਵਾਲਾਂ ਦਾ ਜਵਾਬ ਮਿਲ ਜਾਵੇਗਾ ਮਹਾਰਾਜ ਜੀ ਤਾਂ ਹੁਣ ਜਾਣਦੇ ਸੀ ਘੱਟ ਘੱਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪਛਾਣਤ ਮਹਾਰਾਜ ਜਾਣਦੇ ਸੀ ਨਾ ਉਹਨਾਂ ਨੂੰ ਤਾਂ ਪਤਾ ਸੀ ਵੀ ਕੀ ਚਾਹੁੰਦਾ ਮਹਾਰਾਜ ਜਾਣੀ ਜਾਣਦੇ ਸੀ ਮਹਾਰਾਜ ਉਹਨੂੰ ਕਹਿਣ ਲੱਗੇ ਮਹਾਰਾਜ ਨੇ ਸੋਚਿਆ ਵੀ ਇੰਜ ਤਾਂ ਇਹਨੂੰ ਦੱਸੇ ਤੇ ਸਮਝ ਨਹੀਂ ਪੈਣੀ ਆਏ ਇਹਨੂੰ ਪ੍ਰੈਕਟੀਕਲੀ ਉਹ ਦਿਖਾਉਂਦੇ ਆ ਦੱਸਿਆ ਤਾਂ ਹੋਰਾਂ ਨੇ ਵੀ ਆ ਪਰ ਗੱਲ ਨਹੀਂ ਬਣੀ ਇਹਨੂੰ ਪ੍ਰੈਕਟੀਕਲੀ ਦਿਖਾਉਣ ਦੀ ਲੋੜ ਹੈ
फिर साध संगत जो महाराज जी ने सवाल करे ना महाराज जी साधु के दर्शन का फल की होंगे। महाराज ने फिर रास्ते पाना सी प्रैक्टिकली दिखाया कहिंदे इंज कर भी फलानी तां ते इक दरख्त है उत्थे चलिया जा। उस जगह का नाम दसता महाराज ने भी उत्थे पहुंच जा तैनू तेरे सवालों का जवाब मिल जू। कहिंदे जिहड़े तेरे सवाल ने इन्हां दा जवाब तैनू उत्थे मिलना है फलानी जगह ते। फिर साध संगत बड़े चार नाल गया जिहड़ी थां महाराज ने दसी उत्थे जाके की देखदा है। जदों आले दुआले देखिया तां कोई दिखदा नहीं, एक कावां दा जोड़ा बैठा है, काले कां दो बैठे ने जोड़ा। जदों देखिया भई आले दुआले कोई बंदा तां दिखदा नहीं, थोड़ा समा बैठे आ उत्थे बह के फिर वापस आ गया। जदों वापस आया महाराज ने पुछया कहिंदे भाई मिल गया सवालां दा जवाब। कहिंदा महाराज जी उत्थे तां कोई बंदा ही नहीं सी, उत्थे कोई नहीं सी महाराज, उत्थे एक कावां दा जोड़ा बैठा सी, काले कां बैठे सी जोड़ा। महाराज कहिंदे भाई तेरे सवालां दा जवाब उत्थों ही मिलना, जा तू फिर चलिया जाई कल। साध संगत दुबारा फिर चलिया गया। अगले दिन जदों गया की देखदा है, आले दुआले देखिया बंदा अज कोई फेर नहीं नजर आउंदा। ओ अज साध संगत कां नहीं बैठे, अज दो बंगले बैठे ने जोड़ा बंगले। जदों बंगले देखे चलो थोड़ा समा बैठिया फेर आ गया। महाराज पुछदे ने कहिंदे मिल गया सवालां दा जवाब। कहिंदा महाराज जी ना मिलिया नहीं, अज बंगले बैठे सी कल कां बैठे सी दो। महाराज कहिंदे तेरे सवालां दा जवाब उत्थों ही मिलना, कलू फिर चलिया जाई। हुण साध संगत वचन मन रहा है, महाराज ने प्रैक्टिकली दिखाउणा ना उहनूं। जदों चले गया अगले दिन की देखदा है, जिहड़े उह दो बंगले सी अज दो बंगलियां दी थां ते हंस बैठे ने दो हंस। साध संगत हुंदे बंगले ते हंस इक्को जिहे ने, रंग दोहां दा चिट्टा हुंदा है पर फर्क है। बंगले साध संगत उहनां दी खुराक चंगी नहीं देखण नूं भावें चिट्टे ने। इसे तरह अपनियां बिरतियां ने जिवें कां दी आ ना, उदां ही साध संगत ते तमो गुणी बिरती हुंदी है। फिर बंगले दी बिरती, बंगला की देखण नूं चिट्टा है पर उहदी खुराक की है, डड्डियां मार के खांदा, खुराक नहीं चंगी, ओह फिर रजोगुणी बिरती हुंदी है। साध संगत अज देखिया हंसां दा जोड़ा, देख के बड़ा वधिया लग्या उहनूं, हां वी हंसां दे दर्शन हो गए। जिहड़ी हंसां वाली है साध संगत सतोगिणी बिरती हुंदी है। जदों हंसां दे दर्शन कीते वापस आ गया, महाराज ने पुछया कहिंदे भाई मिल गया सवालां दा जवाब। कहिण लग्या कहिंदा सच्चे पातशाह सवालां दा जवाब तां नहीं मिलिया, अज दो हंस बैठे सी उहनां दे दर्शन हो गए, चंगा लग्या। कहिंदे महाराज कहिंदे भाई कलू फेर चलिया जाई, तेरे सवालां दा जवाब तैनूं उत्थों ही मिलना, उत्थों ही मिलना। फिर चले गया साध संगत। जदों की देखदा है, पहले दिन कां बैठे सी, दूजे दिन बंगले, तीजे दिन हंस, ते अज साध संगत देवते बैठे ने दो जोड़ा। जदों उत्थे गया खुश हो गया भी अज देवते बैठे ने। देखदा आले दुआले जाके उहनां नूं पुछण लग्या, देवते कहिंदे हां भई दस की करन आया प्यारिया। उहने अपनी सारी गल दसी, कहिंदा मैनूं महाराज ने भेजिया भी तेरे सवालां दा जवाब तैनूं इत्थों मिलना। कहिंदे तेरे सवाल दस की ने। कहिंदा मेरे सवाल ने भी साधु दे दर्शनां दा की फल हुंदा, उहनां दी संगत दा की फल हुंदा।
ਵੀ ਸਾਧੂਆਂ ਦੀ ਸੰਗਤ ਕਰਦੇ ਆ ਤੇ ਉਹਨਾਂ ਦੇ ਦਰਸ਼ਨ ਕਰਦੇ ਆ, ਉਹਨਾਂ ਦਾ ਫਲ ਕੀ ਹੈ? ਇਹ ਮੈਨੂੰ ਸਵਾਲਾਂ ਦਾ ਜਵਾਬ ਚਾਹੀਦਾ। ਉਹ ਕਹਿੰਦੇ ਚੱਲ ਸਵਾਲਾਂ ਦਾ ਜਵਾਬ ਵੀ ਤੇਰਾ ਦੇ ਦਿੰਦੇ ਆ, ਸਾਨੂੰ ਬਹੁਤਾ ਤਾਂ ਪਤਾ ਨਹੀਂ, ਇੰਨਾ ਇੱਕ ਗੱਲ ਤੈਨੂੰ ਦੱਸ ਦਿੰਦੇ ਆ ਬਈ ਅਸੀਂ ਪਹਿਲੇ ਦਿਨ ਨਾ ਇੱਥੇ ਕੌਮ ਬਣੀ ਬੈਠੇ ਸੀ। ਪਹਿਲੇ ਦਿਨ ਜੋੜੇ ਅਸੀਂ ਦੋਹੇ ਕਾਂ ਬੈਠੇ ਸੀ, ਕਾਂ ਸੀ ਅਸੀਂ ਪਹਿਲੇ ਦਿਨ। ਜਦੋਂ ਤੂੰ ਇੱਥੇ ਆਇਆ ਅਸੀਂ ਤੇਰੇ ਦਰਸ਼ਨ ਕਰਕੇ ਨਾ ਦੂਜੇ ਦਿਨ ਬੰਗਲੇ ਬਣ ਗਏ। ਤੇਰੇ ਦਰਸ਼ਨ ਕਰਕੇ ਦੂਜੇ ਦਿਨ ਬੰਗਲੇ ਬਣ ਗਏ। ਜਦੋਂ ਤੂੰ ਅਗਲੇ ਦਿਨ ਆਇਆ ਫਿਰ ਅਸੀਂ ਤੇਰੇ ਦਰਸ਼ਨ ਕਰਕੇ, ਸਾਡੀ ਪਹਿਰਾਵਾ ਤਾਂ ਚੰਗਾ ਹੋ ਗਿਆ, ਚਿੱਟਾ ਹੋ ਗਿਆ, ਪਰ ਅੰਦਰੋਂ ਖੁਰਾਕ ਨਹੀਂ ਚੰਗੀ ਹੋਈ। ਪਰ ਤੇਰੇ ਦੁਬਾਰਾ ਜਦੋਂ ਦਰਸ਼ਨ ਕੀਤੇ ਅਗਲੇ ਦਿਨ ਅਸੀਂ ਹੰਸ ਬਣ ਗਏ। ਅੱਜ ਦੇਖ ਲੈ ਦੁਬਾਰਾ ਕੱਲ ਫੇਰ ਤੇਰੇ ਦਰਸ਼ਨ ਕੀਤੇ, ਹੁਣ ਅਸੀਂ ਦੇਵਤੇ ਬਣੀ ਬੈਠੇ ਹਾਂ। ਆਖੋ ਸਤਨਾਮ। ਤੇਰੇ ਦਰਸ਼ਨ ਕਰਕੇ ਕਹਿੰਦੇ ਅਸੀਂ ਦੇਵਤੇ ਬਣੀ ਬੈਠੇ ਹਾਂ ਤੇ ਹੁਣ ਵੈਕੁੰਠਾਂ ਨੂੰ ਚੱਲੇ, ਵਿਮਾਨ ਖੜੇ ਨੇ ਚੱਲਿਆ। ਸਾਧ ਸੰਗਤ ਜਦੋਂ ਇੰਨੀ ਗੱਲ ਸੁਣੀ, ਗੁਰੂ ਦਾ ਸਿੱਖ ਭੋਲਾ ਸੀ, ਹੁਣ ਓਦਾਂ ਹੀ ਆ ਗਿਆ। ਮਹਾਰਾਜ ਨੇ ਆ ਕੇ ਪੁੱਛਿਆ, ਕਹਿੰਦੇ ਭਾਈ ਮਿਲ ਗਿਆ ਸਵਾਲਾਂ ਦਾ ਜਵਾਬ, ਸਵਾਲਾਂ ਦਾ ਜਵਾਬ ਮਿਲ ਗਿਆ? ਕਹਿੰਦਾ ਹਾਂਜੀ ਮਹਾਰਾਜ, ਅੱਜ ਦੇਵਤੇ ਬੈਠੇ ਸੀ, ਉਹ ਮੈਨੂੰ ਕਹਿੰਦੇ ਵੀ ਅਸੀਂ ਪਹਿਲੇ ਦਿਨ ਕਾਂ ਸੀ, ਤੇਰੇ ਦਰਸ਼ਨ ਕਰਕੇ ਦੂਜੇ ਦਿਨ ਬੰਗਲੇ ਬਣ ਗਏ, ਤੇਰੇ ਦਰਸ਼ਨ ਕਰਕੇ ਅਸੀਂ ਤੀਜੇ ਦਿਨ ਤੇਰੇ ਦਰਸ਼ਨ ਕੀਤੇ ਅਸੀਂ ਹੰਸ ਬਣ ਗਏ, ਤੇ ਅੱਜ ਤੇਰੇ ਦਰਸ਼ਨ ਕਰਕੇ ਅਸੀਂ ਦੇਵਤੇ ਬਣ ਗਏ। ਫਿਰ ਮਹਾਰਾਜ ਕਹਿੰਦੇ ਤੇਰੇ ਸਵਾਲਾਂ ਦਾ ਜਵਾਬ ਮਿਲ ਗਿਆ ਨਾ, ਸਾਧੂ ਦੇ ਦਰਸ਼ਨਾਂ ਦਾ ਕੀ ਫਲ ਹੈ? ਮਿਲ ਗਿਆ ਸਵਾਲਾਂ ਦਾ ਜਵਾਬ। ਕਹਿੰਦੇ ਤੂੰ ਵੀ ਹੁਣ ਸਾਧੂ ਹੋ ਗਿਆ। ਆਖੋ ਸਤਨਾਮ। ਮਹਾਰਾਜ ਦੀ ਬਾਣੀ ਵਿੱਚ ਬਚਨ ਆਉਂਦਾ ਨਾ, ਕਬੀਰ ਚੰਦਨ ਕਾ ਬਿਰਬਾ ਫਲ ਵੇੜਿਓ, ਉਹ ਵੀ ਚੰਦਨ ਹੋਏ ਰਹਿ ਬਸੈ ਜੋ ਚੰਦਨ ਪਾਸ। ਪੜ੍ਹ ਲਿਓ ਪ੍ਰੇਮ ਦੇ ਨਾਲ। ਚੰਦਨ ਹੋ ਜਾਂਦੇ ਨੇ ਚੰਦਨ ਕੋਲ ਵਾਸਦੇ ਨੇ ਜਿਹੜੇ, ਚੰਦਨ ਹੋ ਜਾਂਦੇ ਨੇ ਚੰਦਨ ਕੋਲ ਵਾਸਦੇ ਜਿਹੜੇ, ਚੰਦਨ ਹੋ ਜਾਂਦੇ ਨੇ ਚੰਦਨ ਕੋਲ ਵਸਦੇ ਜਿਹੜੇ। ਚੰਦਨ ਕੋਲ ਵਸਦੇ ਜਿਹੜੇ, ਚੰਦਨ ਕੋਲ ਵਸਦੇ ਨੇ ਜਿਹੜੇ, ਚੰਦਨ ਕੋਲ ਵਸਦੇ ਜਿਹੜੇ ਬਈ, ਚੰਦਨ ਕੋਲ ਵਸਦੇ ਜਿਹੜੇ, ਚੰਦਨ ਕੋਲ ਵਸਦੇ ਜਿਹੜੇ, ਚੰਦਨ ਕੋਲ ਵਸਦੇ ਜਿਹੜੇ। ਚੰਦਨ ਕੋਲ ਵਸਦੇ, ਚੰਦਨ ਕੋਲ ਵਸਦੇ ਨੇ ਜਿਹੜੇ, ਚੰਦਨ ਕੋਲ ਵਸਦੇ ਜਿਹੜੇ ਬਈ, ਚੰਦਨ ਕੋਲ ਵਸਦੇ ਜਿਹੜੇ, ਚੰਦਨ ਕੋਲ ਵਸਦੇ ਜਿਹੜੇ, ਚੰਦਨ ਕੋਲ ਵਸਦੇ ਜਿਹੜੇ, ਚੰਦਨ ਕੋਲ ਵਸਦੇ ਜਿਹੜੇ, ਚੰਦਨ ਕੋਲ ਵਸਦੇ ਜਿਹੜੇ। ਕਬੀਰ ਚੰਦਨ ਕਾ ਬਿਰਬਾ ਫਲਾ ਵੇੜਿਓ ਟਾਕ ਲਾਸ, ਜੋ ਵੀ ਚੰਦਨ ਹੋਏ ਰਹੇ ਬਸੈ ਜੋ ਚੰਦਨ ਪਾਸ। ਕਬੀਰ ਚੰਦਨ ਕਾ ਬਿਰਬਾ ਭਲਾ ਵੇੜਿਓ ਢਾਕ ਪਲਾਸ, ਉਹ ਵੀ ਚੰਦਨ ਹੋਏ ਰਹੇ ਬਸੈ ਜੋ ਚੰਦਨ। ਜਿਹੜੇ ਚੰਦਨ ਕੋਲ ਰਹਿੰਦੇ ਨੇ ਕਹਿੰਦੇ ਉਹ ਚੰਦਨ ਬਣ ਜਾਂਦੇ ਨੇ। ਸਾਧ ਸੰਗਤ ਫਿਰ ਮਹਾਂਪੁਰਖਾਂ ਕੋਲ ਜਿਹੜੇ ਰਹਿੰਦੇ ਨੇ, ਫਿਰ ਦੇਖ ਲਓ
ਹੁਣ ਆਪਾਂ ਸਤਸੰਗ ਕਰ ਰਹੇ ਹਾਂ ਮਹਾਂਪੁਰਖਾਂ ਦੇ ਕਿੰਨਿਆਂ ਦੇ ਦਰਸ਼ਨ ਕਰੇ ਅੱਜ ਸਾਧੂ ਦੇ ਦਰਸ਼ਨਾਂ ਦਾ ਫਲ ਦੇਖੋ ਕਿੰਨਾ ਵੱਡਾ ਉਹ ਪਹਿਲਾਂ ਕਾਂ ਸੀ ਕਾਂ ਤੋਂ ਬੰਗਲੇ ਬਣ ਗਏ ਦਰਸ਼ਨ ਕਰਕੇ ਫਿਰ ਬੰਗਲਿਆਂ ਤੋਂ ਹੰਸ ਤੇ ਫਿਰ ਦੇਵਤੇ ਬਣ ਗਏ ਦੇਖ ਲਓ ਕਿੱਡਾ ਵੱਡਾ ਫਲ ਹੈ ਆਪਾਂ ਤਾਂ ਕਿੰਨੇ ਮਹਾਂਪੁਰਖਾਂ ਦੇ ਦਰਸ਼ਨ ਕੀਤੇ ਨੇ ਬਹੁਤ ਰੰਗੀਆਂ ਰੂਹਾਂ ਦੇ ਬਾਬਾ ਜੀ ਮਹਾਰਾਜ ਬਾਬਾ ਹਰਬੰਸ ਸਿੰਘ ਜੀ ਖੇੜੀ ਮੱਲਾਂ ਵਾਲੇ ਮਹਾਂਪੁਰਖ ਸਾਧ ਸੰਗਤ ਕਿੱਡੇ ਕਿੱਡੇ ਮਹਾਂਪੁਰਖਾਂ ਦੇ ਆਪਾਂ ਰੰਗੀਆਂ ਰੂਹਾਂ ਦੇ ਦਰਸ਼ਨ ਕੀਤੇ ਫਿਰ ਸਾਧ ਸੰਗਤ ਐਡਾ ਵੱਡਾ ਫਲ ਹੈ ਨਾ ਸਾਧੂ ਦੇ ਦਰਸ਼ਨਾਂ ਦਾ ਹੁਣ ਆਪਾਂ ਦੇਖਿਆ ਹੀ ਆ ਮਹਾਰਾਜ ਨੇ ਫਿਰ ਪ੍ਰੈਕਟੀਕਲੀ ਦਿਖਾਇਆ ਨਾ ਜਦੋਂ ਫਿਰ ਉਹਦਾ ਸੰਸਾ ਦੂਰ ਹੋਇਆ ਫਿਰ ਕਿਰਪਾ ਹੋਈ ਸੰਸਾ ਦੂਰ ਹੋ ਗਿਆ ਨਾ ਪ੍ਰੈਕਟੀਕਲੀ ਦਿਖਾਉਂਦੇ ਨੇ ਫਿਰ ਸਤਿਗੁਰ ਤਾਂ ਜਿਹੜਾ ਗੁਰੂ ਹੈ ਨਾ ਪੂਰਾ ਉਹ ਤਾਂ ਪ੍ਰੈਕਟੀਕਲੀ ਦਿਖਾਉਂਦਾ ਹੈ ਸਾਧੂ ਦੇ ਦਰਸ਼ਨਾਂ ਦਾ ਸੰਗਤ ਦਾ ਦੇਖ ਲਓ ਫਲ ਕਿੱਡਾ ਹੈ ਸਾਧ ਸੰਗਤ ਜਿੰਨਾ ਮਰਜ਼ੀ ਆਪਾਂ ਇਤਿਹਾਸ ਦੇਖ ਲਈਏ ਗੁਰੂ ਸਾਹਿਬਾਨਾਂ ਦੇ ਜੀਵਨ ਦੇਖੀਏ ਸਾਧ ਸੰਗਤ ਸਤਸੰਗ ਦੇ ਵਿੱਚੋਂ ਹੀ ਮਿਲਿਆ ਜੇ ਉਹ ਕੁਝ ਮਿਲਿਆ ਆਖੋ ਸਤਨਾਮ ਸੰਗਤ ਨੂੰ ਮਹਾਰਾਜ ਨੇ ਆਪਣਾ ਹੀ ਦਰਜਾ ਦਿੱਤਾ ਨਾ ਵਿੱਚ ਸੰਗਤ ਹਰ ਪ੍ਰਭ ਵਸੈ ਜੀ ਕਹਿੰਦੇ ਪਰਮੇਸ਼ਵਰ ਦਾ ਵਾਸਾ ਹੀ ਸੰਗਤ ਦੇ ਵਿੱਚ ਹੈ ਸਾਧ ਸੰਗਤ ਸਤਸੰਗ ਦਾ ਫਲ ਵੱਡਾ ਹੈ ਚੌਥੇ ਪਾਤਸ਼ਾਹ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਬਚਪਨ ਦੇ ਵਿੱਚ ਸਾਧ ਸੰਗਤ ਮਹਾਰਾਜ ਜੀ ਦਾ ਨਾਮ ਜੇਠਾ ਸੀ ਜੇਠਾ ਸਾਧ ਸੰਗਤ ਉਹਨੂੰ ਕਹਿੰਦੇ ਨੇ ਜਿਹੜਾ ਘਰ ਦੇ ਵਿੱਚ ਸਭ ਤੋਂ ਵੱਡਾ ਪੁੱਤਰ ਹੋਵੇ ਉਹਨੂੰ ਜੇਠਾ ਕਹਿੰਦੇ ਨੇ ਉਹ ਪਹਿਲਾਂ ਏਦਾਂ ਹੀ ਨਾਮ ਰੱਖ ਦਿੰਦੇ ਸੀ ਪਹਿਲਾਂ ਤਾਂ ਦਿਨਾਂ ਤੇ ਹੀ ਨਾਮ ਰੱਖ ਦਿੰਦੇ ਸੀ ਜਿਵੇਂ ਕੋਈ ਸੋਮਵਾਰ ਨੂੰ ਜੰਮਿਆ ਸੋਮੂ ਰੱਖਤਾ ਏਦਾਂ ਨਾਮ ਰੱਖ ਦਿੰਦੇ ਸੀ ਦਿਨਾਂ ਤੇ ਹੀ ਵੀਰਵਾਰ ਨੂੰ ਜੰਮਿਆ ਵੀਰੂ ਰੱਖਤਾ ਏਦਾਂ ਨਾਂ ਰੱਖ ਦਿੰਦੇ ਸੀ ਹੁਣ ਤਾਂ ਨਾਮ ਸਾਧ ਸੰਗਤ ਜਵਾਨੇ ਦੇ ਹਿਸਾਬ ਨਾਲ ਬਦਲ ਗਏ ਪਹਿਲਾਂ ਏਦਾਂ ਹੀ ਰੱਖ ਦਿੰਦੇ ਸੀ ਉਹ ਹੁਣ ਘਰ ਦੇ ਵਿੱਚ ਜਿਹੜਾ ਵੱਡਾ ਹੈ ਨਾ ਉਹਨੂੰ ਜੇਠਾ ਕਹਿੰਦੇ ਆਪਾਂ ਜੇਠਾ ਪੁੱਤਰ ਉਹ ਮਹਾਰਾਜ ਦਾ ਨਾਮ ਜੇਠਾ ਸਭ ਤੋਂ ਵੱਡੇ ਸੀ ਨਾ ਘਰ ਚ ਮਹਾਰਾਜ ਦੀ 3 ਸਾਲ ਦੀ ਸਾਧ ਸੰਗਤ ਉਮਰ ਦੇ ਵਿੱਚ ਉਹਨਾਂ ਦੇ ਪਿਤਾ ਬਾਬਾ ਹਰਦਾਸ ਜੀ ਸਾਧ ਸੰਗਤ ਪਿਤਾ ਚੜ੍ਹਾਈ ਕਰ ਗਏ ਜਦੋਂ ਮਹਾਰਾਜ ਦੀ 3 ਸਾਲ ਦੀ ਉਮਰ ਹੈ ਦੇਖ ਲਓ 3 ਸਾਲ ਦੀ ਉਮਰ ਕਿੰਨੀ ਕੁ ਹੁੰਦੀ ਹੈ 3 ਸਾਲ ਦੀ ਉਮਰ ਦੇ ਵਿੱਚ ਮਹਾਰਾਜ ਦੇ ਪਿਤਾ ਛੱਡ ਕੇ ਚਲੇ ਗਏ ਫਿਰ ਸਾਧ ਸੰਗਤ ਥੋੜਾ ਸਮਾਂ ਗੁਜ਼ਰਿਆ ਫਿਰ ਮਾਤਾ ਵੀ ਚੜ੍ਹਾਈ ਕਰ ਗਏ ਜਦੋਂ ਪਿਤਾ ਚੜ੍ਹਾਈ ਕਰੇ ਤੇ ਮਹਾਰਾਜ ਨੂੰ ਮਾਂ ਨੇ ਨਾ ਛਾਬਾ ਲੈ ਕੇ ਦੇ ਦਿੱਤਾ ਇੱਕ ਕਹਿੰਦੇ ਭਾਈ ਆਪਾਂ ਘਰ ਦਾ ਗੁਜ਼ਾਰਾ ਵੀ ਕਰਨਾ ਹੈ ਆਪਾਂ ਘੁੰਗਣੀਆਂ ਵੇਚਿਆ ਕਰ ਜੇਠੇ ਨੂੰ ਕਹਿੰਦੇ ਕਹਿੰਦੇ ਤੂੰ ਘੁੰਗਣੀਆਂ ਮਾਤਾ ਬਣਾ ਕੇ ਦਿੰਦੀ ਹੈ ਮਹਾਰਾਜ ਦੇ ਤੇ ਮਹਾਰਾਜ ਵੇਚਦੇ ਨੇ ਘੁੰਗਣੀਆਂ ਛਾਬਾ ਲੈ ਕੇ ਦਿੱਤਾ ਮਹਾਰਾਜ ਨੂੰ ਮਾਤਾ ਨੇ ਫਿਰ ਥੋੜੇ ਸਮੇਂ ਬਾਅਦ ਮਾਤਾ ਵੀ ਜਦੋਂ ਚੜ੍ਹਾਈ ਕਰ ਗਏ ਸਾਧ ਸੰਗਤ ਹੁਣ ਕੀ ਹੋਇਆ ਫਿਰ ਸਾਧ ਸੰਗਤ ਮਾਂ ਤਾਂ ਮਾਂ ਹੀ ਹੁੰਦੀ ਹੈ ਜਿਹੜੇ ਚਾਚੇ ਤਾਏ ਹੁੰਦੇ ਨੇ ਨਾ ਇਹ ਜਿਹੜੇ ਰਿਸ਼ਤੇਦਾਰ ਸੰਗੀ ਹੁੰਦੇ ਨੇ ਭਾਈ ਮਾਵਾਂ ਤਾਂ ਮਾਵਾਂ ਹੀ ਹੁੰਦੀਆਂ ਨੇ ਚਾਚੀਆਂ ਤਾਈਆਂ ਭਾਵੇਂ ਲੱਖ ਹੋਣ ਮਾਂ ਵਰਗਾ ਪਿਆਰ ਕੋਈ ਦੇ ਨਹੀਂ ਸਕਦਾ ਪਿਤਾ ਵਰਗਾ ਕੋਈ ਪਿਆਰ ਹੋਰ ਨਹੀਂ ਦੇ ਸਕਦਾ ਸਾਧ ਸੰਗਤ ਇਹ ਚਾਚੇ ਤਾਏ ਇਹ ਤਾਂ ਜਦੋਂ ਤੱਕ ਮਹਾਰਾਜ ਦੀ ਬਾਣੀ ਕਹਿੰਦੀ ਹੈ ਨਾ ਵੀ ਜਦੋਂ ਤੱਕ ਸਾਧ ਸੰਗਤ ਚੰਗਾ ਏ ਸਮਾਂ ਬਣਿਆ ਰਹਿੰਦਾ ਚੰਗਾ ਬਣਿਆ ਹੁੰਦਾ ਨਾ ਫਿਰ ਤਾਂ ਸਾਰੇ ਨਾਲ ਖੜੇ ਨੇ ਪਰ ਬਿਪਤ ਭਰੀ ਸਭ ਹੀ ਸੰਗ ਛਾੜਤ ਕਉ ਨਾਵਤ ਕਹਿੰਦੇ ਜਦ ਬਿਪਤਾ ਪੈਂਦੀ ਆ ਨਾ ਫਿਰ ਕੋਈ ਨੀ ਖੜਦਾ ਆਖੋ ਸਤਨਾ ਹੁਣ ਆਪਾਂ ਦੇਖਦੇ ਹੀ ਆ ਜਦੋਂ ਮਾੜੀ ਜੀ ਕੋਈ ਔਖੀ ਘੜੀ ਆਉਂਦੀ ਆ ਨਾ ਕਈ ਵਾਰ ਫੋਨ ਚੁੱਕਣੋਂ ਵੀ ਹਟ ਜਾਂਦਾ ਅਗਲਾ ਕਹਿੰਦਾ ਇਹ ਤਾਂ ਵਿਹਲ ਹੈ ਇਹਦਾ ਤਾਂ ਕੰਮੇ ਇਹੀ ਹੈ ਸਾਧ ਸੰਗਤ
फिर उस समय कोई ढोई नहीं दंदा जा को मुश्किल अत बने ढोई कोई ना लागू होए साख भी भज खले सा संगत फिर बाणी की कहती है पढ़ लियो प्रेम नाल भैणा ते भाई भी लागू सब दुश्मन हो गए भैणा ते भाई भी लागू सब दुश्मन हो गए भैणा ते भाई भी लागू सब दुश्मन हो गए सब दुश्मन हो गए भैणा ते भाई भी लागू सब दुश्मन हो गए भाई लागू सब दुश्मन हो गए 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 लागू सब दुश्मन बन गए दुश्मन बन गए लागू सब दुश्मन बन गए वही लागू सब दुश्मन बन गए सब दुश्मन बन गए लागू सब दुश्मन बन गए लागू सब दुश्मन बन गए लागू सब दुश्मन लागू सब दुश्मन बन गए 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 वही भैणा ते भाई भी लागू सब भैणा ते भाई भी लागू सब दुश्मन हो गए भैणा ते भाई भी लागू सब दुश्मन हो गए भैणा ते भाई भी लागू सब दुश्मन भाई भी लागू सब दुश्मन हो गए भैणा ते भाई भी लागू सब दुश्मन हो गए अज साध संगत कोई नहीं खड़े जड़े शरीक भी सी ना वो भी कहंदे ने भी चल हुण तां आपां शब्द वरत दिंदे आ ना भी जिहदा कोई साया ना होवे भी जतीम हो गया भी इहदा कोई है नहीं अज हुण चाचे ताया नूं हो गया भी इहदा कोई है नहीं आपां जिहड़ी इहदी जायदाद आ उह खोह लैणे आपां किहड़ा किसे नूं पता लगणा अज भी साध संगत ते बणिया होया ना दुनिया ते भाई भाई दा बैरी बणिया फिरदा ना किहदे पिछे माया पिछे कहिंदा उहदे हिस्से दा भी मेरे हिस्से आ जे आखो सतनाम आपां इही देखदे आ ना दुनिया ते साध संगत भाई जेठा चौथे पातशाह साध संगत हुण जदों कोई ढोई देण नूं भी नहीं फिर जिहदा कोई ना होवे उहदा गुरु हुंदा ना साध संगत नानी महाराज दे ना बासर के नानके सी नानका परिवार बासर के ते फिर नानी महाराज नूं बासर के लै आई फिर साध संगत हुण नानी घर आके नानके आ गए नानका परिवार भी गुजारे वाला ही सी ठीक सी फिर महाराज उत्थे आके भी साध संगत हुण मेहनत करदे छाबा लिया होया जदों महाराज तुरे सी ना पिंड तो सरीके वालिया ने सारा कुछ खोह लिया सी कुछ नहीं दिता सोढ़ी कुल दे विचों महाराज दे जिहड़े चाचे ताए सी उन्हां ने सारी जायदाद रख ली महाराज नूं कुछ नहीं दिता जदों उत्थों तुरे महाराज ना कहन लगे कहंदे आ तां तुसीं चलो जमीनां जायदादां तां रख लियां ठीक है पर जिहड़ा मेरी मां ने मैनूं छाबा लै के दिता सी उह तां दे दो आखो सतनाम मेरी मां वाला छाबा तां मैनूं दे दो
ਸਾਧ ਸੰਗਤ ਛਾਬਾ ਲੈ ਕੇ ਆ ਗਏ, ਬਾਸਰ ਕੇ ਆਏ ਤੇ ਉੱਤੇ ਫਿਰ ਘੁੰਗਣੀਆਂ ਵੇਚਦੇ ਨੇ। ਸਾਧ ਸੰਗਤ ਸਾਧੂ ਮਹਾਂਪੁਰਖ ਵਪਾਰ ਨਹੀਂ ਕਰਦੇ, ਇਹ ਵਪਾਰ ਨਹੀਂ ਕਰਦੇ। ਉਹ ਕਾਹਦਾ ਵਪਾਰ ਕਰਦੇ ਨੇ? ਪੜ੍ਹਦੇ ਹੁੰਦੇ ਆ ਨਾ ਆਪਾਂ ਧਾਰਨਾ ਵੀ ਕਾਂਸੀ ਤਾਂਬੇ ਦਾ ਵਪਾਰ ਦੁਨੀਆ ਕਰਦੀ ਹੈ ਸਾਧੂਆਂ ਨੇ ਨਾਮ ਬਣ ਕੇ। ਸਾਧ ਸੰਗਤ ਸਾਧੂ ਤਾਂ ਨਾਮ ਦਾ ਵਪਾਰ ਕਰਦੇ ਨੇ। ਹੁਣ ਮਹਾਰਾਜ ਜੀ ਸਾਧ ਸੰਗਤ ਬਾਸਰ ਕੇ, ਮਹਾਰਾਜ ਦੇ ਨਾਨਕੇ ਨੇ ਤੇ ਤੀਜੇ ਪਾਤਸ਼ਾਹ ਦਾ ਪਿੰਡ ਹੈ, ਨਗਰ ਹੈ ਗੁਰੂ ਅਮਰਦਾਸ ਮਹਾਰਾਜ ਜੀ ਦਾ। ਤੇ ਸਾਧ ਸੰਗਤ ਗੋਇੰਦਵਾਲ ਸਾਹਿਬ ਮਹਾਰਾਜ ਨੇ ਡੇਰੇ ਲਾਏ ਤੀਜੇ ਪਾਤਸ਼ਾਹ ਨੇ। ਸੰਗਤਾਂ ਆਉਂਦੀਆਂ ਨੇ, ਦਰਸ਼ਨ ਦਿਦਾਰੇ ਕਰਦੀਆਂ ਨੇ ਤੇ ਭਾਈ ਜੇਠਾ ਚੌਥੇ ਪਾਤਸ਼ਾਹ ਭਾਈ ਜੇਠਾ ਸਾਧ ਸੰਗਤ ਹੁਣ ਉੱਥੇ ਘੁੰਗਣੀਆਂ ਬਣਾ ਕੇ ਲੈ ਕੇ ਜਾਂਦੇ ਨੇ ਵੇਚਣ ਵਾਸਤੇ। ਘੁੰਗਣੀਆਂ ਬਣਾ ਕੇ ਲੈ ਕੇ ਜਾਂਦੇ ਨੇ ਵੀ ਹਾਂ ਉੱਥੇ ਚਲੋ ਸੰਗਤ ਆਉਂਦੀ ਹੈ, ਕੋਈ ਨਾ ਕੋਈ ਖਰੀਦ ਲੈਂਦਾ। ਪਰ ਸਾਧ ਸੰਗਤ ਕਈ ਵਾਰ ਕੋਈ ਗਰੀਬ ਆਉਂਦਾ ਹੈ, ਸਾਧੂ ਆਉਂਦਾ ਉਹਨੂੰ ਏਦਾਂ ਹੀ ਦੇ ਦਿੰਦੇ ਨੇ, ਪੈਸੇ ਵੀ ਨਹੀਂ ਲੈਂਦੇ, ਪੈਸੇ ਨਹੀਂ ਲੈਂਦੇ, ਮਾਇਆ ਨਹੀਂ ਲੈਂਦੇ, ਕਿਉਂਕਿ ਰੱਬ ਦੇ ਪਿਆਰੇ ਦਾ ਮਾਇਆ ਨਾਲ ਮੋਹ ਨਹੀਂ ਹੁੰਦਾ। ਸਾਧ ਸੰਗਤ ਦਾ ਮਾਇਆ ਦੇ ਵਿੱਚ ਪ੍ਰੇਮ ਨਹੀਂ ਹੁੰਦਾ ਸਾਧੂ ਦਾ, ਉਹ ਤਾਂ ਮਾਇਆ ਤਾਂ ਸਾਧ ਸੰਗਤ ਸਾਧੂ ਦੇ ਚਰਨਾਂ ਦੇ ਵਿੱਚ ਦਾਸੀ ਬਣ ਕੇ ਰਹਿੰਦੀ ਆ ਨਾ, ਉਹ ਤਾਂ ਸਾਧੂ ਦੇ ਚਰਨਾਂ ਦੀ ਦਾਸੀ ਹੁੰਦੀ ਹੈ ਮਾਇਆ, ਉਹਨਾਂ ਦਾ ਪ੍ਰੇਮ ਨਹੀਂ ਹੁੰਦਾ। ਹੁਣ ਕੋਈ ਤਾਂ ਭਾਈ ਸਮਾਨ ਆਪਣਾ ਵੇਚਦਾ ਕਾਹਦੇ ਲਈ, ਪੈਸੇ ਕਮਾਉਣ ਲਈ ਵੇਚਦਾ, ਪਰ ਮਹਾਰਾਜ ਘੁੰਗਣੀਆਂ ਕਾਹਦੇ ਲਈ ਵੇਚਦੇ ਨੇ? ਕਾਹਦੇ ਲਈ ਆਪਾਂ ਕਮਾਉਂਦੇ ਹਾਂ ਪਿਆਰੇ? ਉਹ ਤਾਂ ਕਮਾਉਂਦੇ ਹਾਂ ਨਾ ਵੀ ਆਪਣੇ ਧੀਆਂ ਪੁੱਤ ਨੇ। ਹੁਣ ਆਪਾਂ ਨੂੰ ਟੈਨਸ਼ਨ ਹੁੰਦੀ ਆ ਵੀ ਸ਼ਾਮ ਨੂੰ ਕਮਾ ਕੇ ਲੈ ਕੇ ਜਾਣਾ, ਵੀ ਪੁੱਤ ਨੇ ਕੁਛ ਮੰਗ ਲਿਆ ਵੀ ਬਾਪੂ 10 ਰੁਪਏ ਦੇ ਦੇ, ਦੇਣਾ ਪੈਣਾ ਨਾ, ਜੇ ਜੇਬ 'ਚ ਹੋਊ ਤਾਂ ਹੀ ਦੇਵਾਂਗੇ। ਆਪਾਂ ਨੂੰ ਫਿਕਰ ਹੁੰਦੀ ਆ ਵੀ ਕਿਸੇ ਨੂੰ ਜਾ ਕੇ ਦੇਣੇ ਨੇ, ਮਾਇਆ ਦੇਣੀ ਆ, ਪੈਸੇ ਦੇਣੇ ਨੇ, ਪਰ ਚੌਥੇ ਪਾਤਸ਼ਾਹ ਮਹਾਰਾਜ ਕੀ ਕਹਿੰਦੇ ਨੇ, ਭਾਈ ਜੇਠਾ ਜੀ ਕੀ ਕਹਿੰਦੇ ਨੇ? ਕੋਈ ਕਿਸੇ ਦਾ ਕਿਸੇ ਦਾ ਕੋਈ, ਮੇਰਾ ਇੱਕ ਤੂੰ ਹੀ ਵਾਹਿਗੁਰੂ। ਕੋਈ ਕਿਸੇ ਦਾ ਕੋਈ, ਮੇਰਾ ਇੱਕ ਤੂੰ ਹੀ ਮਾਲਕਾ। ਕੋਈ ਕਿਸੇ ਦਾ ਕਿਸੇ ਦਾ ਕੋਈ, ਮੇਰਾ ਇੱਕ ਤੂੰ ਹੀ ਮਾਲਕਾ। ਕੋਈ ਕਿਸੇ ਦਾ ਕਿਸੇ ਦਾ ਕੋਈ, ਮੇਰਾ ਇੱਕ ਤੂੰ ਹੀ ਮਾਲਕਾ। ਕਿਸੇ ਦਾ ਕੋਈ, ਮੇਰਾ ਇੱਕ ਤੂੰ ਹੀ ਮਾਲਕਾ। ਕੋਈ ਕਿਸੇ ਦਾ ਕੋਈ, ਮੇਰਾ ਇੱਕ ਤੂੰ ਹੀ ਮਾਲਕਾ। ਮੇਰਾ ਇੱਕ ਜੀ ਤੂੰ ਹੀ ਵਾਹਿਗੁਰੂ, ਮੇਰਾ ਇੱਕ ਜੀ ਤੂੰ ਹੀ ਵਾਹਿਗੁਰੂ। ਮੇਰਾ ਇੱਕ ਤੂੰ ਹੀ ਵਾਹਿਗੁਰੂ, ਮੇਰਾ ਇੱਕ ਜੀ ਤੂੰ ਹੀ ਵਾਹਿਗੁਰੂ, ਮੇਰਾ ਇੱਕ ਜੀ ਤੂੰ ਹੀ ਵਾਹਿਗੁਰੂ, ਮੇਰਾ ਇੱਕ ਜੀ ਤੂੰ ਹੀ ਵਾਹਿਗੁਰੂ। ਕੋਈ ਕਿਸੇ ਦਾ ਕੋਈ ਨੀ, ਮੇਰਾ ਇੱਕ ਤੂੰ ਹੀ ਵਾਹਿਗੁਰੂ। ਕੋਈ ਕਿਸੇ ਦਾ ਕੋਈ, ਮੇਰਾ ਇੱਕ ਤੂੰ ਹੀ ਵਾਹਿਗੁਰੂ। ਕੋਈ ਕਿਸੇ ਦਾ ਕੋਈ, ਮੇਰਾ ਇੱਕ ਤੂੰ ਹੀ ਵਾਹਿਗੁਰੂ। ਉਹ ਕੋਈ ਕਿਸੇ ਦਾ ਕੋਈ, ਮੇਰਾ ਇੱਕ ਤੂੰ ਹੀ ਵਾਹਿਗੁਰੂ। ਮੇਰਾ ਤਾਂ ਸੱਚੇ ਪਾਤਸ਼ਾਹ ਤੂੰ ਹੈ, ਕਿਸੇ ਦਾ ਕੋਈ ਹੈ ਕਿਸੇ ਦਾ ਕੋਈ ਹੈ, ਪਰ ਮੇਰਾ ਕੌਣ ਹੈ? ਮੇਰਾ ਤਾਂ ਤੂੰ ਹੀ ਹੈ ਨਾ। ਫਿਰ ਸਾਧ ਸੰਗਤ ਜੀ ਦਾ ਕੋਈ ਨਾ ਹੋਵੇ, ਉਹਦਾ ਵਾਹਿਗੁਰੂ ਤਾਂ ਹੈ ਹੀ।
ਉਹਦਾ ਤਾਂ ਵਾਹਿਗੁਰੂ ਹੈ ਨਾ ਸਾਧ ਸੰਗਤ। ਹੁਣ ਮਹਾਰਾਜ ਜੀ ਵੇਚ ਰਹੇ ਨੇ ਘੁੰਗਣੀਆਂ ਭਾਈ ਜੇਠਾ। ਜਦੋਂ ਘੁੰਗਣੀਆਂ ਵੇਚਦੇ ਨੇ ਸਾਧ ਸੰਗਤ ਕੋਈ ਪਰਵਾਹ ਨੀ, ਏਦਾਂ ਹੀ ਸਾਧੂਆਂ ਨੂੰ ਗਰੀਬਾਂ ਨੂੰ ਛਕਾ ਦਿੰਦੇ ਨੇ। ਤੇ ਉੱਥੇ ਫਿਰ ਹੁਣ ਗੋਇੰਦਵਾਲ ਸਾਹਿਬ ਸੇਵਾ ਚੱਲਦੀ ਹੈ, ਸੰਗਤ ਸੇਵਾ ਕਰਦੀ ਹੈ ਤੀਜੇ ਪਾਤਸ਼ਾਹ ਦੇ ਚਰਨਾਂ ਵਿੱਚ ਰਹਿ ਕੇ। ਮਹਾਰਾਜ ਜੀ ਘੁੰਗਣੀਆਂ ਵੇਚਣ ਤੋਂ ਬਾਅਦ ਨਾ ਸੇਵਾ ਦੇ ਵਿੱਚ ਲੱਗ ਗਏ, ਸਤਸੰਗ ਕਰਨ ਲੱਗ ਗਏ। ਸਤਸੰਗ ਤਾਂ ਫਿਰ ਸਤਸੰਗ ਦਾ ਫਲ ਕਿੱਡਾ ਵੱਡਾ। ਹੁਣ ਸਤਸੰਗ ਕਰਨ ਲੱਗ ਗਏ ਉੱਥੇ ਤੀਜੇ ਪਾਤਸ਼ਾਹ ਕੋਲ, ਘੁੰਗਣੀਆਂ ਵੇਚਣ ਲਈ ਇੰਨਾ ਸਮਾਂ ਨਹੀਂ ਲਾਉਂਦੇ ਜਿੰਨਾ ਸਮਾਂ ਸਤਸੰਗ ਦੇ ਵਿੱਚ ਲਾਉਂਦੇ ਨੇ। ਸੇਵਾ ਦੇ ਵਿੱਚ ਜਿੰਨਾ ਸਮਾਂ ਲਾਉਂਦੇ ਨੇ ਨਾ ਉਨਾ ਸਮਾਂ ਉੱਧਰ ਨਹੀਂ ਲਾਉਂਦੇ। ਫਿਰ ਸਾਧ ਸੰਗਤ ਰੋਜ਼ ਹੀ ਹੁਣ ਸਤਸੰਗ ਕਰਦੇ ਨੇ, ਸਤਸੰਗ ਨੂੰ ਸਮਾਂ ਵੱਧ ਦਿੰਦੇ ਨੇ, ਮਨ ਲੱਗ ਗਿਆ ਸਤਸੰਗ ਦੇ ਵਿੱਚ। ਫਿਰ ਜਦੋਂ ਤੀਜੇ ਪਾਤਸ਼ਾਹ ਦੇ ਦਰਸ਼ਨ ਕੀਤੇ, ਫਿਰ ਸਾਧ ਸੰਗਤ ਸਾਧੂ ਦੇ ਦਰਸ਼ਨ ਰੱਬ ਦੇ ਦਰਸ਼ਨਾਂ ਦਾ ਕਰਕੇ ਸਾਧ ਸੰਗਤ ਮਨ ਭਰ ਜਾਂਦਾ ਹੈ। ਜਦੋਂ ਦਰਸ਼ਨ ਕੀਤੇ ਨਾ, ਫਿਰ ਇੱਦਾਂ ਹੀ ਆਉਂਦਾ ਨਾ ਮਨ ਦੇ ਵਿੱਚ, ਦਰਸ਼ਨ ਦੇਖ ਜੀਵਾਂ ਗੁਰ ਤੇਰਾ, ਵੀ ਦੇਖੀ ਜਾਵਾਂ। ਤੀਜੇ ਪਾਤਸ਼ਾਹ ਦੇ ਜਦੋਂ ਦਰਸ਼ਨ ਕੀਤੇ, ਹੁਣ ਮਿਲਾਪ ਹੋ ਗਿਆ ਪੂਰੇ ਗੁਰੂ ਦਾ, ਹੁਣ ਸੰਗਤ ਕਰਦੇ ਨੇ ਉੱਥੇ, ਸੇਵਾ ਕਰਦੇ ਨੇ ਰਹਿ ਕੇ। ਫਿਰ ਮਹਾਰਾਜ ਸਾਧ ਸੰਗਤ ਜਦੋਂ ਜਵਾਨੀ ਆਈ ਨਾ, ਜਵਾਨੀ ਦਾ ਸਮਾਂ ਆਇਆ, ਮਹਾਰਾਜ ਉੱਥੇ ਸੇਵਾ ਕਰਦੇ ਰਹੇ ਕਈ ਸਾਲ। ਮਹਾਰਾਜ ਨੇ ਉੱਥੇ ਸੇਵਾ ਕਰੀ ਭਾਈ ਜੇਠਾ ਜੀ ਨੇ, ਤੇ ਤੀਜੇ ਪਾਤਸ਼ਾਹ ਕੋਲ, ਤੀਜੇ ਪਾਤਸ਼ਾਹ ਜੀ ਦੇ ਮਹਿਲ ਮਾਤਾ ਜੀ, ਜਿਵੇਂ ਹੁਣ ਘਰ ਵਿੱਚ ਆਪਾਂ ਸਲਾਹਾਂ ਕਰਦੇ ਹਾਂ, ਮਾਤਾ ਜੀ ਨਾ ਤੀਜੇ ਪਾਤਸ਼ਾਹ ਕੋਲ ਆ ਕੇ ਕਹਿਣ ਲੱਗੇ, ਕਹਿੰਦੇ ਵੀ ਆਪਾਂ ਨੂੰ ਨਾ ਧੀਆਂ ਸੀ ਮਹਾਰਾਜ ਦੇ ਦੋ, ਬੀਬੀ ਭਾਨੀ ਜੀ ਤੇ ਬੀਬੀ ਦਾਨੀ ਜੀ। ਕਹਿੰਦੇ ਵੀ ਆਪਾਂ ਨੂੰ ਬੀਬੀ ਭਾਨੀ ਜੀ ਦੇ ਲਈ ਰਿਸ਼ਤਾ ਚਾਹੀਦਾ, ਰਿਸ਼ਤਾ ਕਰਨਾ, ਆਪਾਂ ਨੂੰ ਮੁੰਡਾ ਚਾਹੀਦਾ ਕੋਈ। ਮਹਾਰਾਜ ਪੁੱਛਣ ਲੱਗੇ, ਕਹਿੰਦੇ ਕਿਹੋ ਜਿਹਾ ਚਾਹੀਦਾ? ਜਦੋਂ ਮਹਾਰਾਜ ਨੇ ਪੁੱਛਿਆ ਨਾ ਤੀਜੇ ਪਾਤਸ਼ਾਹ ਨੇ, ਕਹਿੰਦੇ ਕਿਹੋ ਜਿਹਾ ਚਾਹੀਦਾ ਭਾਈ, ਮੁੰਡਾ ਕਿਹੋ ਜਿਹਾ ਚਾਹੀਦਾ ਮਾਤਾ ਜੀ ਨੂੰ ਕਹਿੰਦੇ। ਫਿਰ ਮਾਤਾ ਜੀ ਦੇਖਦੇ ਨੇ ਜਦੋਂ ਨਾ ਸਾਧ ਸੰਗਤ ਭਾਈ ਜੇਠਾ ਉੱਥੇ ਸੇਵਾ ਕਰ ਰਿਹਾ, ਲੰਘੇ ਜਾਂਦੇ ਨੇ, ਜਵਾਨੀ ਦੀ ਉਮਰ ਲੰਘੇ ਜਾਂਦੇ ਨੇ, ਮਹਾਰਾਜ ਸਿਰ ਤੇ ਟੋਕਰੀ ਚੱਕੀ ਆ, ਲੰਗਰ ਦੀ ਸੇਵਾ ਕਰਦੇ ਨੇ, ਜਦੋਂ ਲੰਘੇ ਜਾਂਦੇ ਦੇਖ ਲੈ ਨਾ, ਹੁਣ ਆਪਾਂ ਤਾਂ ਸਰੀਰ ਦੇਖਦੇ ਹਾਂ, ਸਰੀਰਕ ਪੱਖੋਂ ਵੀ ਦੇਖਦੇ ਹਾਂ ਨਾ, ਪਰ ਗੁਰੂ ਤਾਂ ਸਾਧ ਸੰਗਤ ਅੰਦਰੋਂ ਦੇਖਦਾ, ਉਹ ਸਰੀਰ ਨਹੀਂ ਦੇਖਦਾ। ਹੁਣ ਜਦੋਂ ਦੇਖਿਆ ਮਾਤਾ ਜੀ ਨੇ ਤਾਂ ਕਹਿਤਾ, ਕਹਿੰਦੇ ਉਹ ਜਿਹੜਾ ਨੌਜਵਾਨ ਜਾਂਦਾ ਨਾ ਇਹਦੇ ਵਰਗਾ ਚਾਹੀਦਾ, ਆਖੋ ਸਤਨਾਮ, ਕਹਿੰਦੇ ਇਹਦੇ ਵਰਗਾ। ਮਹਾਰਾਜ ਕਹਿੰਦੇ ਫਿਰ ਜੇ ਲਾਭੇ ਲਿਆ ਇਹਦੇ ਵਰਗਾ ਕੀ? ਮਹਾਰਾਜ ਕਹਿੰਦੇ ਇਹਦੇ ਵਰਗਾ ਤਾਂ ਫਿਰ ਇਹੀ ਹੈ, ਆਖੋ ਸਤਨਾਮ, ਇਹਦੇ ਵਰਗਾ ਕੋਈ ਹੋਰ ਨਹੀਂ, ਇਹਦੇ ਵਰਗਾ ਤਾਂ ਜੇਠੇ ਵਰਗਾ ਤਾਂ ਫਿਰ ਇਹ ਜੇਠਾ ਹੀ ਹੈ। ਇੱਕ ਤੇਰੇ ਵਰਗਾ ਜੀ ਨਾ ਕੋਈ ਹੋਇਆ ਨਾ ਕੋਈ ਹੋਣਾ, ਇੱਕ ਤੇਰੇ ਵਰਗਾ ਜੀ ਨਾ ਕੋਈ ਹੋਇਆ ਨਾ ਕੋਈ ਹੋਣਾ, ਤੇਰੇ ਵਰਗਾ ਜੀ ਨਾ ਕੋਈ ਹੋਇਆ ਨਾ ਕੋਈ ਹੋਣਾ, ਇੱਕ ਤੇਰੇ ਵਰਗਾ ਜੀ ਨਾ ਕੋਈ ਹੋਇਆ ਨਾ ਕੋਈ ਹੋਣਾ, ਤੇਰੇ ਵਰਗਾ ਜੀ ਨਾ ਕੋਈ ਹੋਇਆ ਨਾ ਕੋਈ ਹੋਣਾ, ਇੱਕ ਤੇਰੇ ਵਰਗਾ ਜੀ ਨਾ ਕੋਈ ਹੋਇਆ ਨਾ ਕੋਈ ਹੋਣਾ, ਨਾ ਕੋਈ ਹੋਇਆ ਨਾ ਕੋਈ ਹੋਣਾ, ਕੋਈ ਹੋਇਆ ਨਾ ਕੋਈ ਹੋਣਾ, ਨਾ ਕੋਈ ਹੋਇਆ ਨਾ ਕੋਈ ਹੋਣਾ, ਬਈ ਹੋਇਆ ਨਾ ਕੋਈ ਹੋਣਾ, ਕੋਈ ਹੋਣਾ ਨਾ ਕੋਈ ਹੋਣਾ, ਕੋਈ ਹੋਣਾ ਨਾ ਕੋਈ ਹੋਣਾ।
ਹੋਇਆ ਨਾ ਕੋਈ ਹੋਣਾ, ਕੋਈ ਹੋਇਆ ਨਾ ਕੋਈ ਹੋਣਾ, ਹੋਇਆ ਨਾ ਕੋਈ ਹੋਣਾ, ਨਾ ਕੋਈ ਹੋਇਆ ਨਾ ਕੋਈ ਹੋਣਾ, ਨਾ ਕੋਈ ਹੋਇਆ ਨਾ ਕੋਈ ਹੋਣਾ। ਵਾਹ ਵਾਹ ਪੜੋ ਭਾਈ। ਇੱਕ ਤੇਰੇ ਵਰਗਾ ਕੀ ਨਾ ਕੋਈ ਹੋਇਆ ਨਾ ਕੋਈ ਆਉਣਾ, ਇੱਕ ਤੇਰੇ ਵਰਗਾ ਜੀ ਨਾ ਕੋਈ ਹੋਇਆ ਨਾ ਕੋਈ ਆਉਣਾ, ਇੱਕ ਤੇਰੇ ਵਰਗਾ ਜੀ ਨਾ ਕੋਈ ਹੋਇਆ ਨਾ ਕੋਈ ਆਉਣਾ, ਇੱਕ ਤੇਰੇ ਵਰਗਾ ਜੀ ਨਾ ਕੋਈ ਹੋਇਆ ਨਾ ਕੋਈ ਆਉਣਾ, ਤੇਰੇ ਵਰਗਾ ਜੀ ਨਾ ਕੋਈ ਹੋਇਆ ਨਾ ਕੋਈ ਹੋਣਾ, ਇੱਕ ਤੇਰੇ ਵਰਗਾ ਜੀ ਨਾ ਕੋਈ ਹੋਇਆ ਨਾ ਕੋਈ ਹੋਣਾ। ਮਹਾਰਾਜ ਕਹਿੰਦੇ ਫਿਰ ਇਹਦੇ ਵਰਗਾ ਤਾਂ ਇਹੀ ਹੈ, ਕਿਉਂ ਨਾ ਆਪਾਂ ਇਹਦੇ ਨਾਲ ਹੀ ਸ਼ਾਦੀ ਕਰ ਦਿੰਦੇ ਹਾਂ, ਵਿਆਹ ਕਰ ਦਿੰਦੇ ਹਾਂ। ਮਾਤਾ ਜੀ ਹੁਣ ਸਾਧ ਸੰਗਤ ਜਦੋਂ ਆਪਾਂ ਰਿਸ਼ਤਾ ਕਰਨਾ ਹੋਵੇ ਨਾ, ਆਪਾਂ ਵੀ ਹੁਣ ਘਰਾਂ ਚ ਕਰਦੇ ਹੀ ਆ ਆਪਣੀਆਂ ਧੀਆਂ ਦੇ ਰਿਸ਼ਤੇ ਭਾਈ। ਧੀ ਵਾਲਾ ਸਾਧ ਸੰਗਤ ਹੁਣ ਜਦੋਂ ਰਿਸ਼ਤਾ ਕਰਨਾ, ਸਾਰਾ ਕੁਝ ਦੇਖਦਾ ਵੀ ਘਰ ਕਿਹੋ ਜਿਹਾ, ਖਾਨਦਾਨ ਕਿਹੋ ਜਿਹਾ। ਹੁਣ ਅੱਜ ਕੱਲ ਤਾਂ ਜ਼ਮੀਨਾਂ ਦੇਖਣ ਲੱਗ ਗਏ, ਕੋਠੀਆਂ ਦੇਖਣ ਲੱਗ ਗਏ, ਜ਼ਿਆਦਾ ਤਾਂ ਕੋਠੀਆਂ ਗੱਡੀਆਂ ਦਾ ਰਿਵਾਜ ਹੋ ਗਿਆ। ਸਾਧ ਸੰਗਤ ਪਹਿਲਾਂ ਜ਼ਿਆਦਾ ਖਾਨਦਾਨ ਦੇਖਦੇ ਹੁੰਦੇ ਸੀ ਵੀ ਕਿਹੜੇ ਲਾਣੇ ਚੋਂ ਹੈ, ਪਰ ਹੁਣ ਤਾਂ ਕੋਠੀਆਂ ਦਾ ਰਿਵਾਜ ਆ ਗੱਡੀਆਂ ਦਾ। ਕੋਠੀਆਂ ਦੇਖਦਾ ਅਗਲਾ, ਜ਼ਮੀਨਾਂ ਦੇਖਦਾ। ਹੁਣ ਮਹਾਰਾਜ ਨੂੰ ਕਹਿਣ ਲੱਗੇ ਮਾਤਾ ਜੀ, ਕਹਿੰਦੇ ਮਹਾਰਾਜ ਇਹਦੀ ਕੁੱਲ ਕੀ ਹੈ, ਕੀ ਹੈ ਇਹਦੇ ਕੋਲ ਪਿਛਾ, ਮਤਲਬ ਇਹਦਾ ਪਿੱਛਾ, ਇਹਦੀ ਬੈਕ ਕੀ ਹੈ, ਇਹਦੇ ਘਰ ਦਾ ਪਤਾ ਹੋਵੇ ਕੁਝ, ਇਹਦਾ ਕੌਣ ਹੈ, ਕੀ ਇਹਦੀ ਜਾਇਦਾਦ ਹੈ, ਇਹਦਾ ਹੈ ਵੀ ਆ ਕੋਈ। ਮਹਾਰਾਜ ਹੁਣ ਮਹਾਰਾਜ ਤਾਂ ਜਾਣਦੇ ਨੇ ਨਾ, ਆਪਾਂ ਪਹਿਲਾਂ ਵੀ ਗੱਲ ਕਰਕੇ ਹਟਿਆ ਨਾ ਵੀ ਘੱਟ ਘੱਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ, ਉਹ ਤਾਂ ਜਾਣਦੇ ਨੇ, ਅਗਲੀਆਂ ਬਾਰੇ ਵੀ ਜਾਣਦੇ ਨੇ, ਪਿਛਲੀਆਂ ਬਾਰੇ ਵੀ। ਉਹਨਾਂ ਨੂੰ ਤਾਂ ਪਤਾ ਵੀ ਅੱਗੇ ਕੀ ਹੋਣਾ, ਉਹ ਤਾਂ ਸਾਧ ਸੰਗਤ ਮਸਤਕ ਪੜ ਲੈਂਦੇ ਨੇ। ਹੁਣ ਮਹਾਰਾਜ ਨੂੰ ਪਤਾ, ਜਦੋਂ ਮਾਤਾ ਜੀ ਕਹਿੰਦੇ ਨੇ, ਕਹਿੰਦੇ ਵੀ ਆਪਣੀ ਧੀ ਨੂੰ ਰੱਖੂਗਾ ਕਿੱਥੇ, ਇਹਦੇ ਕੋਲ ਤਾਂ ਕੋਈ ਘਰ ਵੀ ਨਹੀਂ, ਇਹ ਤਾਂ ਆਪ ਇੱਥੇ ਰਹਿੰਦਾ, ਘੁੰਗਣੀਆਂ ਵੇਚਦਾ, ਸੇਵਾ ਕਰਦਾ, ਇਹਦੇ ਕੋਲ ਤਾਂ ਕੋਈ ਘਰ ਵੀ ਨਹੀਂ, ਇਹ ਆਪਣੀ ਕੁੜੀ ਨੂੰ ਖਿਲਾਊਗਾ ਕਿੱਥੋਂ, ਇਹ ਤਾਂ ਆਪ ਇੱਥੋਂ ਛਕਦਾ ਲੰਗਰ ਚੋਂ ਪ੍ਰਸ਼ਾਦਾ, ਇਹ ਕਿੱਥੋਂ ਖਿਲਾਊਗਾ, ਆਪਣੀ ਕੁੜੀ ਨੂੰ ਰੱਖੂਗਾ ਕਿੱਥੇ, ਖਿਲਾਊਗਾ ਕਿੱਥੋਂ, ਸਾਰੀਆਂ ਚੀਜ਼ਾਂ ਦੇਖਦੇ ਹਾਂ ਨਾ ਆਪਾਂ। ਫਿਰ ਸਾਧ ਸੰਗਤ ਹੁਣ ਮਹਾਰਾਜ ਤਾਂ ਜਾਣਦੇ ਨੇ, ਜਦੋਂ ਇੰਨੀ ਗੱਲ ਕਹੀ ਮਹਾਰਾਜ ਕਹਿੰਦੇ, ਹੁਣ ਮਹਾਰਾਜ ਨੂੰ ਤਾਂ ਪਤਾ ਸੀ ਨਾ, ਮਹਾਰਾਜ ਕਹਿੰਦੇ ਘਰ ਦੀ ਗੱਲ ਕਰਦੇ ਹੋ, ਇਹਦੇ ਘਰ ਵਰਗਾ ਤਾਂ ਕੋਈ ਘਰ ਨਹੀਂ ਹੋਣਾ, ਆਖੂ ਸਤਨਾਮ ਡਿੱਠੇ ਸਭੇ ਥਾਂ ਨਹੀਂ ਤੁਦ ਜਿਹੇ, ਹੈ ਕੋਈ ਹਰਿਮੰਦਰ ਸਾਹਿਬ ਵਰਗਾ, ਕੋਈ ਨਹੀਂ ਨਾ, ਉਹੋ ਜਿਹਾ ਘਰ ਹੈ ਕਿਸੇ ਦਾ, ਕਿਸੇ ਦਾ ਵੀ ਨਹੀਂ, ਜਾਂ ਦੱਸ ਦੋ ਜੇ ਹੈ, ਕਿਸੇ ਦਾ ਵੀ ਨਹੀਂ। ਮਹਾਰਾਜ ਕਹਿੰਦੇ ਇਹਦੇ ਘਰ ਵਰਗਾ ਤਾਂ ਕਿਸੇ ਦਾ ਘਰ ਨਹੀਂ ਹੋਣਾ। ਤੁਸੀਂ ਲੰਗਰ ਦੀ ਗੱਲ ਕਰਦੇ ਹੋ, ਪ੍ਰਸ਼ਾਦੇ ਦੀ ਗੱਲ ਕਰਦੇ ਹੋ ਵੀ ਕਿੱਥੋਂ ਖਿਲਾਊਗਾ, ਇਹਦੇ ਦਰ ਤੇ ਤਾਂ ਸਾਧ ਸੰਗਤ ਪੰਗਤਾਂ ਲੱਗਿਆ ਕਰਨਗੀਆਂ, ਆਖੋ ਸਤਨਾਮ। ਸਾਧ ਸੰਗਤ ਜਾ ਕੇ ਦੇਖ ਲਓ ਹਰਿਮੰਦਰ ਸਾਹਿਬ ਲੰਗਰ, ਵਾਰੀ ਨਹੀਂ ਮਿਲਦੀ, ਧੱਕਾ ਪੈਂਦਾ ਹੁੰਦਾ, ਦੇਖ ਲਓ ਕਿੰਨੇ ਆ ਕੇ ਸਾਧ ਸੰਗਤ ਲੰਗਰ ਛਕਦੇ ਨੇ ਪੰਗਤ ਵਿੱਚ ਬਹਿ ਕੇ। ਪਹਿਣਾਊਗਾ ਕਿੱਥੋਂ, ਕੀ ਪਾਊਗਾ, ਆਪ ਤਾਂ ਚਲੋ ਜਿਹਾ ਜਿਹਾ ਹੈ ਠੀਕ, ਆਪਣੀ ਕੁੜੀ ਨੂੰ ਕੱਪੜੇ ਵੀ ਲੈ ਕੇ ਦੇਣੇ ਨੇ, ਉਹਨੇ ਪਾਉਣਾ ਵੀ ਹੈ ਕੁਝ, ਮਾਇਆ ਵੀ ਚਾਹੀਦੀ ਹੈ, ਪਾਊਗਾ ਕੀ, ਕਹਿੰਦੇ ਪਾਉਣ ਦੀ ਗੱਲ ਕਰਦੇ ਹੋ,
ਇਹਦੇ ਦਰ ਤੇ ਤਾਂ ਸਾਧ ਸੰਗਤ ਹੁਣ ਦੇਖ ਲਓ ਵੀ ਸਵਾ ਸਵਾ ਲੱਖ ਦਾ ਰਮਾਲਾ ਸਾਹਿਬ ਚੜ੍ਹਦਾ ਆਖੋ ਸਤਨਾਮ ਹੈ ਕੋਈ ਕਮੀ ਗੁਰੂ ਘਰ ਸਾਧ ਸੰਗਤ ਕਾਸੇ ਦਾ ਵੀ ਘਾਟਾ ਨਹੀਂ ਕੋਈ ਵੀ ਘਾਟਾ ਨਹੀਂ ਹੈ ਸਾਧ ਸੰਗਤ ਫਿਰ ਮਹਾਰਾਜ ਤਾਂ ਜਾਣਦੇ ਸੀ ਮਹਾਰਾਜ ਨੇ ਫਿਰ ਵਚਨ ਮੰਨ ਲਏ ਮਾਤਾ ਜੀ ਨੇ ਤੇ ਬੀਬੀ ਭਾਨੀ ਦਾ ਵਿਆਹ ਭਾਈ ਜੇਠਾ ਜੀ ਦੇ ਨਾਲ ਹੋ ਗਿਆ ਫਿਰ ਮਹਾਰਾਜ ਉੱਥੇ ਰਹਿਣ ਲੱਗ ਗਏ ਹੁਣ ਜਵਾਈ ਬਣ ਗਏ ਪਰ ਸਾਧ ਸੰਗਤ ਜਵਾਈ ਤਾਂ ਬਣ ਗਏ ਪਰ ਨਿਮਾਣੇ ਹੋ ਕੇ ਸੇਵਾਦਾਰ ਬਣ ਕੇ ਫਿਰ ਮਹਾਰਾਜ ਨੇ ਗੋਬਿੰਦਵਾਲ ਸਾਹਿਬ ਸੇਵਾ ਕੀਤੀ ਜਦੋਂ ਤੀਜੇ ਪਾਤਸ਼ਾਹ ਨੇ ਬੌਲੀ ਸਾਹਿਬ ਦੀ ਸੇਵਾ ਚਲਾਈ ਹੋਈ ਸੀ ਨਾ ਫਿਰ ਮਿੱਟੀ ਦੇ ਤਸਲੇ ਭਰ ਕੇ ਸੰਗਤ ਲੈ ਕੇ ਆਉਂਦੀ ਹੈ ਬੌਲੀ ਸਾਹਿਬ ਦੀ ਸੇਵਾ ਚੱਲਦੀ ਹੈ ਹੁਣ ਸੇਵਾ ਚੱਲ ਰਹੀ ਹੈ ਸਾਧ ਸੰਗਤ ਮਹਾਰਾਜ ਦੇਖ ਲਓ ਨਾਲੇ ਜਵਾਈ ਨੇ ਜੇ ਅੱਜ ਕੱਲ੍ਹ ਜਵਾਈ ਆ ਜਾਵੇ ਨਾ ਘਰ ਆਪਾਂ ਕਹਿੰਦੇ ਵੀ ਜਵਾਈ ਆਇਆ ਵੀ ਸ਼ਾਮ ਨੂੰ ਵਧੀਆ ਕੁਝ ਚਾਹੀਦਾ ਦਾਲ ਪਾਣੀ ਦੋ ਦੋ ਬਣਾਉਂਦੇ ਹਾਂ ਨਾ ਵੀ ਮਟਰ ਪਨੀਰ ਬਣਿਆ ਹੋਵੇ ਨਾਲ ਕੜਾਹ ਵੀ ਹੋਵੇ ਖੀਰ ਵੀ ਹੋਵੇ ਜਵਾਈ ਦੀ ਸੇਵਾ ਕਰਦੇ ਹਾਂ ਸਾਧ ਸੰਗਤ ਪਰ ਮਹਾਰਾਜ ਜਵਾਈ ਬਣ ਕੇ ਨਹੀਂ ਉੱਥੇ ਸੇਵਾਦਾਰ ਬਣ ਕੇ ਵਿਚਰ ਰਹੇ ਨੇ ਸੇਵਾਦਾਰ ਮਹਾਰਾਜ ਨੇ ਸਾਧ ਸੰਗਤ ਹੁਣ ਸੋਢੀ ਕੁੱਲ ਵਾਲਿਆਂ ਨੂੰ ਚਾਚੇ ਤਾਇਆਂ ਨੂੰ ਵੀ ਪਤਾ ਲੱਗ ਗਿਆ ਵੀ ਜੇਠਾ ਤਾਂ ਤੀਜੇ ਪਾਤਸ਼ਾਹ ਦਾ ਜਮਾਈ ਬਣ ਗਿਆ ਜਦੋਂ ਮਹਾਰਾਜ ਦੇ ਚਾਚੇ ਤਾਇਆਂ ਨੂੰ ਪਤਾ ਲੱਗਿਆ ਨਾ ਵੀ ਜੇਠਾ ਜਵਾਈ ਬਣ ਗਿਆ ਉਹ ਵੀ ਗੁਰੂ ਦਾ ਜਵਾਈ ਕਹਿੰਦੇ ਹੁਣ ਤਾਂ ਉਹਦੀ ਫੁੱਲ ਚੜ੍ਹਾਈ ਹੋਣੀ ਹੈ ਵਧੀਆ ਚੰਗੇ ਕੱਪੜੇ ਪਾਉਂਦਾ ਹੋਣਾ ਵੀ ਚਲੋ ਮਿਲ ਕੇ ਆਈਏ ਵੀ ਹੁਣ ਤਾਂ ਚੰਗੀ ਪੁੱਛ ਹੋਣੀ ਹੈ ਉਹਦੀ ਆਪਾਂ ਮਿਲ ਕੇ ਆਉਂਦੇ ਹਾਂ ਸਾਧ ਸੰਗਤ ਜਦੋਂ ਸੋਢੀ ਕੁੱਲ ਦੇ ਚਾਚੇ ਤਾਏ ਮਹਾਰਾਜ ਦੇ ਆ ਰਹੇ ਨੇ ਨਾ ਗੋਬਿੰਦਵਾਲ ਸਾਹਿਬ ਜਦੋਂ ਆ ਕੇ ਉੱਥੇ ਕੀ ਦੇਖਦੇ ਨੇ ਭਾਈ ਜੇਠਾ ਸਿਰ ਤੇ ਸਾਧ ਸੰਗਤ ਮਿੱਟੀ ਦੀ ਟੋਕਰੀ ਚੱਕੀ ਹੋਈ ਹੈ ਵਸਤਰ ਵੀ ਕੋਈ ਚੰਗੇ ਨਹੀਂ ਪਾਏ ਓਦਾਂ ਹੀ ਮਿੱਟੀ ਨਾਲ ਲਿਬੜੇ ਹੋਏ ਨੇ ਬੌਲੀ ਸਾਹਿਬ ਦੀ ਸੇਵਾ ਕਰ ਰਹੇ ਨੇ ਸਾਧ ਸੰਗਤ ਟੋਕਰੀ ਭਰੀ ਆ ਰਹੇ ਨੇ ਜਦੋਂ ਆ ਰਹੇ ਨੇ ਨਾ ਉਧਰੋਂ ਸਾਧ ਸੰਗਤ ਮਹਾਰਾਜ ਦੇ ਚਾਚੇ ਤਾਏ ਆ ਗਏ ਅੱਗੇ ਉਹ ਕਹਿੰਦੇ ਐਂ ਕਰਦੇ ਆ ਵੀ ਇਹ ਤੋਂ ਪੁੱਛ ਲੈਂਦੇ ਆ ਵੀ ਜੇਠਾ ਕੌਣ ਹੈ ਇੰਦਾ ਤਾਂ ਪਤਾ ਨਹੀਂ ਲੱਗਣਾ ਕਿਉਂਕਿ ਬਚਪਨ ਦਾ ਦੇਖਿਆ ਹੋਇਆ ਨਾ ਵੀ ਪੁੱਛ ਲੈਂਦੇ ਆ ਕਿੱਥੇ ਹੈ ਮਹਾਰਾਜ ਦਾ ਜਵਾਈ ਜਦੋਂ ਮਹਾਰਾਜ ਨੂੰ ਪੁੱਛਣ ਲੱਗੇ ਜੇਠੇ ਨੂੰ ਕਹਿੰਦੇ ਅਸੀਂ ਮਹਾਰਾਜ ਦੇ ਜਵਾਈ ਨੂੰ ਮਿਲਣਾ ਅਸੀਂ ਤੀਜੇ ਪਾਤਸ਼ਾਹ ਦੇ ਜਵਾਈ ਨੂੰ ਮਿਲਣਾ ਜੇਠਾ ਉਹਦਾ ਨਾਮ ਸਿਰ ਤੇ ਟੋਕਰੀ ਚੱਕੀ ਹੋਈ ਹੈ ਉਹਨੂੰ ਪੁੱਛ ਰਹੇ ਨੇ ਪਰ ਜਦ ਸਾਧ ਸੰਗਤ ਪਤਾ ਲੱਗਿਆ ਨਾ ਵੀ ਜਿਹਨੇ ਸਿਰ ਤੇ ਟੋਕਰੀ ਚੱਕੀ ਹੋਈ ਹੈ ਉਹੀ ਜੇਠਾ ਤਾਂ ਸਾਧ ਸੰਗਤ ਲਾਣਤਾਂ ਪਾਉਣ ਲੱਗ ਗਏ ਉੱਥੇ ਖੜ ਕੇ ਤੀਜੇ ਪਾਤਸ਼ਾਹ ਨੂੰ ਕਹਿਣ ਲੱਗ ਗਏ ਕਹਿੰਦੇ ਉਹ ਸਾਡੀ ਕੁੱਲ ਦਾ ਨਾਮ ਖਰਾਬ ਕਰਤਾ ਜਵਾਈ ਬਣ ਕੇ ਟੋਕਰੀਆਂ ਚੱਕੀ ਫਿਰਦਾ ਜਵਾਈ ਵੀ ਕਿਤੇ ਸੇਵਾ ਆ ਕੰਮ ਕਰਦੇ ਹੁੰਦੇ ਆ ਟੋਕਰੀਆਂ ਵਾਲਾ ਜਵਾਈਆਂ ਦੀ ਤਾਂ ਇੱਜ਼ਤ ਹੁੰਦੀ ਆ ਟੌਰ ਨਾਲ ਬਹਿੰਦੇ ਨੇ ਉਹ ਇਹ ਤਾਂ ਇੱਥੇ ਟੋਕਰੀਆਂ ਚੱਕਦੇ ਨੇ ਤਾਂ ਸਾਡੀ ਕੁੱਲ ਨੂੰ ਇਹ ਦਾਗ ਲਾਤਾ ਪਰ ਉਹਨਾਂ ਨੂੰ ਕੀ ਪਤਾ ਭਾਈ ਉਹਨਾਂ ਨੂੰ ਕੀ ਪਤਾ ਸਾਧ ਸੰਗਤ ਜਦੋਂ ਇੰਨੀ ਗੱਲ ਆ ਕੇ ਕਹੀ ਨਾ ਤੀਜੇ ਪਾਤਸ਼ਾਹ ਨੂੰ ਮਹਾਰਾਜ ਨੇ ਹੁਣ ਬੇਨਤੀ ਕੀਤੀ ਚੌਥੇ ਪਾਤਸ਼ਾਹ ਨੇ ਭਾਈ ਜੇਠੇ ਨੇ ਆ ਕੇ ਚਰਨਾਂ ਤੇ ਕਹਿੰਦੇ ਮਹਾਰਾਜ ਇਹ ਤਾਂ ਅਲਪੱਗ ਜੀਵ ਨੇ ਬਖਸ਼ ਲਓ ਆਪ ਜੀ ਸਵਾਗੋਂ ਬਖਸ਼ ਲਓ ਇਹਨਾਂ ਨੂੰ ਵਿਚਾਰਿਆਂ ਨੂੰ ਕੀ ਪਤਾ ਵੀ ਸੇਵਾ ਦਾ ਕਿੱਡਾ ਫਲ ਹੁੰਦਾ ਇਹਨਾਂ ਨੂੰ ਕੀ ਪਤਾ ਸੇਵਾ ਨਾਲ ਕੀ ਕੁਝ ਮਿਲਦਾ ਸੇਵਕ ਕੋ ਸੇਵਾ ਬਣਾਈ ਸਾਧ ਸੰਗਤ ਸੇਵਾ ਦਾ ਫਲ ਕਿੱਡਾ ਹੁੰਦਾ ਮਹਾਰਾਜ ਇਹਨਾਂ ਨੂੰ ਨਹੀਂ ਪਤਾ ਤੁਸੀਂ ਸਵਾਗੋਂ ਮਹਾਰਾਜ ਜੀ ਅਲਪੱਗ ਨੇ ਬਖਸ਼ ਲਓ ਸਾਧ ਸੰਗਤ ਮਹਾਰਾਜ ਨੂੰ ਇੰਨੀ ਬੇਨਤੀ ਕੀਤੀ ਜਦੋਂ ਦੱਸਿਆ ਨਾ ਕਹਿਣ ਲੱਗੇ ਕਹਿੰਦੇ ਜਵਾਈ ਬਣ ਕੇ ਸਿਰ ਤੇ ਟੋਕਰੀਆਂ ਚੱਕਦਾ ਇਹਨੇ ਤਾਂ ਸਾਡੀ ਕੁੱਲ ਬਦਨਾਮ ਕਰਤੀ ਫਿਰ ਤੀਜੇ ਪਾਤਸ਼ਾਹ ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ ਉਹ ਤੁਹਾਨੂੰ ਕੀ ਪਤਾ ਇਹਦੇ ਸਿਰ ਤੇ ਟੋਕਰੀ ਨੀ ਇਹਦੇ ਸਿਰ ਤੇ ਤਾਂ ਛਤਰ ਝੁੱਲਦਾ ਆਖੋ ਸਤਨਾਮ ਮਹਾਰਾਜ ਨੂੰ ਤਾਂ ਪਤਾ ਨਾ ਕਹਿੰਦੇ ਟੋਕਰੀ ਨੀ ਇਹਦੇ ਸਿਰ ਤੇ ਤਾਂ ਛਤਰ ਝੁੱਲਦਾ
ਫਿਰ ਸਾਧ ਸੰਗਤ ਰੱਬ ਦੇ ਪਿਆਰੇ ਦਾ ਮਿਲਾਪ, ਸਾਧੂ ਮਹਾਂਪੁਰਖ ਦਾ ਮਿਲਾਪ ਕਦੇ ਬਿਰਥਾ ਨਹੀਂ ਜਾਂਦਾ। ਹੁਣ ਆਪਾਂ ਸਵੇਰ ਤੋਂ ਤੁਸੀਂ ਬੈਠੇ ਹੋ, ਸਾਧ ਸੰਗਤ ਕੰਮਾਂ ਕਾਰਾਂ ਨੂੰ ਛੱਡ ਕੇ ਆਏ ਹੋ, ਇੰਨੇ ਮਹਾਂਪੁਰਖਾਂ ਦੇ ਦਰਸ਼ਨ ਹੋਏ, ਸੰਗਤ ਹੋਈ, ਇਹਦਾ ਫਲ ਮਿਲਣਾ। ਕੰਮ ਤਾਂ ਆਪਾਂ ਸਾਰੇ ਰੋਜ਼ ਕਰਦੇ ਹੀ ਹੈ, ਚਲੋ ਇਹ ਵੀ ਫਰਜ਼ ਹੈ, ਕੰਮ ਕਰਦੇ ਹਾਂ, ਪਰ ਸਤਸੰਗ ਦੀਆਂ ਘੜੀਆਂ ਤਾਂ ਬੜੇ ਭਾਗਾਂ ਨਾਲ ਮਿਲਦੀਆਂ ਨੇ। ਸਤਸੰਗ ਭਾਗਾਂ ਵਾਲਿਆਂ ਨੂੰ ਮਿਲਦੀ ਹੈ ਨਾ ਸਤਸੰਗ, ਇਹਦਾ ਫਲ ਵੀ ਵੱਡਾ ਹੈ। ਹੁਣ ਕਿੰਨੇ ਮਹਾਂਪੁਰਖਾਂ ਦੇ ਦਰਸ਼ਨ ਕੀਤੇ, ਰੰਗੀਆਂ ਹੋਈਆਂ ਰੂਹਾਂ ਦੇ ਦਰਸ਼ਨ ਕੀਤੇ, ਸਤਸੰਗ ਕੀਤੀ ਸਤਸੰਗ, ਫਿਰ ਇਹਦਾ ਫਲ ਮਿਲੇਗਾ। ਪਰ ਕਰਦਾ ਕੌਣ ਹੈ, ਵੱਡੇ ਭਾਗਾਂ ਵਾਲਾ ਕਰਦਾ ਹੈ, ਇਹ ਕਰਿਆ ਵਾ ਫਿਰ ਬਿਰਥਾ ਨਹੀਂ ਜਾਂਦਾ, ਬਿਰਥਾ ਨਹੀਂ ਸਾਧ ਸੰਗਤ ਜਾਂਦਾ। ਚਾਹੁੰਦਾ ਹਰ ਕੋਈ ਹੈ ਵੀ ਮੈਨੂੰ ਮਿਲ ਜੇ ਕੋਈ, ਰੱਬ ਦਾ ਬਖਸ਼ਿਆ ਮਿਲ ਜੇ, ਪਰ ਸਾਧ ਸੰਗਤ ਕਰਮਾਂ ਵਾਲਿਆਂ ਨੂੰ ਮਿਲਦਾ, ਐਵੇਂ ਨਹੀਂ ਮਿਲਦਾ। ਜੇ ਕੋਈ ਫਿਰ ਮਿਲ ਜਾਵੇ, ਫਿਰ ਸਾਧ ਸੰਗਤ ਮਹਾਂਪੁਰਖਾਂ ਪ੍ਰਤੀ ਵਚਨ ਆਉਂਦਾ ਨਾ, ਆਪ ਮੁਕਤ ਮੁਕਤ ਕਰੈ ਸੰਸਾਰ, ਹੋਰਾਂ ਨੂੰ ਵੀ ਮੁਕਤ ਕਰ ਦਿੰਦੇ ਨੇ ਰੱਬ ਦੇ ਪਿਆਰੇ। ਪਰ ਅੱਜ ਕੱਲ੍ਹ ਤਾਂ ਸਾਧ ਸੰਗਤ ਆਪਾਂ ਕਹਿਣ ਲੱਗ ਗਏ ਵੀ ਸ਼ਾਂਤੀ ਨਹੀਂ ਹੁੰਦੇ, ਪਰ ਸਾਧ ਸੰਗਤ ਜਿਹਨਾਂ ਨੇ ਸੰਗਤ ਕੀਤੀ ਹੈ ਨਾ, ਉਹਨਾਂ ਨੂੰ ਪਤਾ ਹੈ, ਜਿਹੜੇ ਰੱਬ ਦੇ ਪਿਆਰਿਆਂ ਦੀ ਸੰਗਤ ਕਰਦੇ ਨੇ ਨਾ, ਉਹਨਾਂ ਨੂੰ ਪਤਾ ਹੈ। ਬਾਣੀ ਕਹੀ, ਬਾਣੀ ਕੀ ਕਹਿੰਦੀ ਹੈ, ਬਾਣੀ ਦਾ ਵਚਨ ਹੈ ਨਾ, ਕਬੀਰ ਸੇਵਾ ਕੋ ਦੋਏ ਏਕ ਸੰਤ ਰਾਮ ਜੋ ਦਾਤਾ ਮੁਕਤ ਕੋ ਸੰਤ ਜਪਾਵੇ ਨਾਮ। ਪਰ ਹੋਵੇ ਕੋਈ ਪੂਰਾ ਸਾਧ ਸੰਗਤ ਸੰਤ ਹੁੰਦੇ ਨੇ, ਜਿਨ੍ਹਾਂ ਦੀ ਕਮਾਈ ਹੈ ਉਹ ਸਾਧੂ ਨੇ ਸਾਧ ਸੰਗਤ, ਇਹ ਨਹੀਂ ਵੀ ਹੁਣ ਭੇਖੀ ਹੋਵੇ। ਹਾਂ ਇਹ ਤਾਂ ਗੱਲ ਹੈ ਵੀ ਆਪਾਂ ਹਰੇਕ ਨੂੰ ਨਹੀਂ ਕਹਿ ਸਕਦੇ ਕੱਪੜੇ ਵਾਲੇ ਨੂੰ ਵੀ ਸਾਧੂ ਹੈ, ਪਰ ਇਹ ਤਾਂ ਨਹੀਂ ਵੀ ਹੁੰਦੇ ਨਹੀਂ। ਪਰ ਸਾਧ ਸੰਗਤ ਫਿਰ ਰੱਬ ਦੇ ਪਿਆਰੇ ਮਿਲ ਜਾਣ, ਸਾਧੂ ਦਾ ਮਿਲਾਪ ਹੋ ਜਾਵੇ, ਫਿਰ ਸਾਧ ਸੰਗਤ ਕਿਰਪਾ ਹੋ ਜਾਂਦੀ ਹੈ। ਸਾਧੂ ਹੈ ਨਾ ਜਿਹੜਾ ਗੁਰੂ ਰੂਪੇ ਹੁੰਦਾ, ਆਪਣਾ ਆਪਣਾ ਸਾਧ ਸੰਗਤ ਸ਼ਰਧਾ ਹੁੰਦੀ ਹੈ ਮੰਨਣ ਦੀ, ਵੀ ਕਿਵੇਂ ਮੰਨਦੇ ਹਾਂ ਆਪਾਂ, ਆਪਣੀ ਆਪਣੀ ਆਪਣੇ ਮਹਾਂਪੁਰਸ਼ਾਂ ਤੇ ਸ਼ਰਧਾ ਹੁੰਦੀ ਹੈ। ਕੋਈ ਉਹਨਾਂ ਨੂੰ ਕਿਸੇ ਹਿਸਾਬ ਨਾਲ ਦੇਖਦਾ, ਕੋਈ ਉਹਨਾਂ ਨੂੰ ਕਿਸੇ ਹਿਸਾਬ ਨਾਲ ਦੇਖਦਾ। ਹੁਣ ਸਾਧ ਸੰਗਤ ਵੱਡੇ ਮਹਾਰਾਜ ਜੀ ਧੰਨ ਬਾਬਾ ਈਸ਼ਰ ਸਿੰਘ ਮਹਾਰਾਜ ਜੀ ਰਾੜਾ ਸਾਹਿਬ ਵਾਲੇ ਮਹਾਰਾਜ ਆਪ, ਹੁਣ ਸਾਧ ਸੰਗਤ ਸ਼ਰਧਾ ਏ, ਕੋਈ ਉਹਨਾਂ ਨੂੰ ਰੱਬ ਵੀ ਮੰਨਦਾ ਵੀ ਆਪ ਰੱਬ ਸੀ। ਹੰਸਾਲੀ ਵਾਲੇ ਮਹਾਰਾਜ ਬਾਬਾ ਅਜੀਤ ਸਿੰਘ ਜੀ ਹੰਸਾਲੀ ਸਾਹਿਬ ਵਾਲੇ, ਜਿਨ੍ਹਾਂ ਦੀ ਆਪਾਂ ਅੱਜ ਯਾਦ ਮਨਾ ਰਹੇ ਹਾਂ, ਸਾਧ ਸੰਗਤ ਮਹਾਂਪੁਰਖ ਹੁੰਦੇ ਨੇ ਨਾ ਫਿਰ ਰੱਬ ਦੇ ਪਿਆਰੇ, ਜਿਹੜੇ ਆਪ ਤਾਂ ਜੁੜੇ ਹੁੰਦੇ ਨੇ ਤੇ ਹੋਰਾਂ ਨੂੰ ਵੀ ਜੋੜਦੇ ਨੇ। ਆਪ ਸਾਧ ਸੰਗਤ ਆਪ ਮੁਕਤ ਮੁਕਤ ਕਰੈ ਸੰਸਾਰ, ਆਪ ਤਾਂ ਉਹ ਰੱਬ ਦੇ ਨਾਲ ਜੁੜੇ ਨੇ ਤੇ ਆਪਣੇ ਵਰਗਿਆਂ ਨੂੰ ਵੀ ਜੋੜ ਲੈਂਦੇ ਨੇ, ਜੋੜਦੇ ਨੇ ਸਾਧ ਸੰਗਤ ਸਾਧੂ। ਸਾਧੂਆਂ ਦਾ ਕੰਮ ਇਹੀ ਹੁੰਦਾ, ਉਹ ਸਿਮਰਨ ਕਰਕੇ ਆਪਣੇ ਵਰਗਿਆਂ ਨੂੰ ਸਾਧ ਸੰਗਤ ਨਾਮ ਨਾਲ ਜੋੜਦੇ ਨੇ, ਸਿਮਰਨ ਕਰਾਉਂਦੇ ਨੇ, ਕਿਰਪਾ ਕਰ ਦਿੰਦੇ ਨੇ ਵੀ ਕੋਈ ਨਾ ਕੋਈ ਤਾਂ ਜੁੜੂ ਬਈ। ਹੁਣ ਸਾਧ ਸੰਗਤ ਆਪਾਂ ਇੰਨੇ ਬੈਠੇ ਹਾਂ, ਜੇ ਕਿਸੇ ਦੇ ਵੀ ਇੱਕ ਧਾਰਨਾ ਚਲੋ ਦਿਮਾਗ ਚੜ ਗਈ ਨਾ, ਕਈ ਆਪਾਂ ਸੁਣ ਲੈਂਦੇ ਹਾਂ, ਗਾਣੇ ਸੁਣ ਲੈਂਦੇ ਹਾਂ, ਉਹ ਫਿਰ ਸਾਰਾ ਦਿਨ ਗਾਉਂਦੇ ਹੀ ਫਿਰੀ ਜਾਂਦੇ ਹਾਂ। ਕਈ ਵਾਰ ਸਵੇਰੇ ਕੋਈ ਗਾਣਾ ਸੁਣ ਲਵੇ ਨਾ, ਦੇਖਿਆ ਉਹ ਗਾਉਂਦਾ ਹੀ ਫਿਰੀ ਜਾਂਦਾ ਸਾਰੀ ਦਿਨ। ਹੁਣ ਅਸੀਂ ਕਈ ਵਾਰ ਧਾਰਨਾ ਸਵੇਰੇ ਸੁਣ ਲਈਏ ਸਾਰਾ ਦਿਨ, ਕਈ ਵਾਰ ਧਾਰਨਾ ਪੜ੍ਹਦੇ ਫਿਰੀ ਜਾਈਦਾ। ਸਾਧ ਸੰਗਤ ਹੁਣ ਇੱਥੋਂ ਆਪਾਂ ਕੁਝ ਨਾ ਕੁਝ ਸੁਣ ਕੇ ਗਏ ਹਾਂ, ਬੈਠੇ ਆਪਾਂ ਸਾਰੇ ਸੰਗਤ ਵਿੱਚ ਕੁਝ ਨਾ ਕੁਝ ਸੁਣਿਆ, ਕੁਝ ਨਾ ਕੁਝ ਤਾਂ ਪੱਲੇ ਪਵੇਗਾ ਹੀ। ਜੇ ਆਪਾਂ ਹੁਣ ਸੁਣਿਆ ਫਿਰ ਇਹਨੂੰ ਮੰਨ ਵੀ ਲਈਏ, ਆਖੋ ਸਤਨਾਮ। ਫਿਰ ਮੰਨੇ ਕੀ ਗੱਤ ਕਹੀ ਨਾ ਜਾਏ, ਫਿਰ ਜਿਨ੍ਹਾਂ ਨੇ ਸਾਧ ਸੰਗਤ ਮੰਨਿਆ ਫਿਰ ਉਹਨਾਂ ਦੀਆਂ ਗੱਲਾਂ ਹੀ ਨਿਆਰੀਆਂ ਨੇ, ਫਿਰ ਉਹਨਾਂ ਤੇ ਤਾਂ ਕਿਰਪਾ ਹੈ। ਪਰ ਸਾਧ ਸੰਗਤ ਇਹ ਮਨ ਨੂੰ ਮਨਾਉਣਾ ਔਖਾ, ਮਨ ਤਾਂ ਕਦੇ ਤਾਂ ਵਾਲਾ ਸਿਆਣਾ ਬਣ ਜਾਂਦਾ, ਕਦੇ ਕਹਿੰਦਾ ਮੇਰੇ ਵਰਗਾ ਪਾਪੀ ਉਹ ਕੋਈ ਨਹੀਂ।
ਕਬੂ ਜੀ ਅੜਾ ਉਹ ਚੜ੍ਹਦਾ ਕਦੇ ਤਾਂ ਉੱਚਾ ਬਣਦਾ ਨਾ ਕਦੇ ਨੀਵਾਂ ਬਣ ਜਾਂਦਾ ਇਹਦਾ ਭਰੋਸਾ ਕੋਈ ਭਰੋਸਾ ਨਹੀਂ ਪਰ ਸਾਧ ਸੰਗਤ ਜੇ ਇਹ ਦੋਏ ਗੱਲਾਂ ਹੋ ਜਾਣ ਗੁਰੂ ਦੀ ਕਿਰਪਾ ਹੋ ਜਾਵੇ ਮਨ ਮੰਨ ਜਾਵੇ ਫਿਰ ਕੀ ਹੋਵੇਗਾ ਮਨ ਮੰਨ ਜੇ ਗੁਰਾਂ ਦੀ ਹੋ ਜੇ ਕਿਰਪਾ ਆਤਮਾ ਨੂੰ ਆ ਜੇ ਸ਼ਾਂਤੀ ਮਨ ਮੰਨ ਜੇ ਗੁਰਾਂ ਦੀ ਹੋ ਜੇ ਕਿਰਪਾ ਆਤਮਾ ਨੂੰ ਆ ਜੇ ਸ਼ਾਂਤੀ ਮਨ ਮੰਨ ਜੇ ਗੁਰਾਂ ਦੀ ਹੋ ਜੇ ਕਿਰਪਾ ਆਤਮਾ ਨੂੰ ਆ ਜੇ ਸ਼ਾਂਤੀ ਮਨ ਮੰਨ ਜੇ ਰਾਜੀ ਹੋ ਜੇ ਕਿਰਪਾ ਆਤਮਾ ਨੂੰ ਆਵੇ ਸ਼ਾਂ ਗੁਰਾਂ ਦੀ ਹੋ ਜੇ ਕਿਰਪਾ ਆਤਮਾ ਨੂੰ ਆਵੇ ਸ਼ਾਂਤੀ ਮਨ ਮੰਨ ਜੇ ਗੁਰਾਂ ਦੀ ਹੋ ਜੇ ਕਿਰਪਾ ਆਤਮਾ ਨੂੰ ਆਵੇ ਸ਼ਾਂਤੀ ਵਾਹ ਵਾਹ ਆਤਮਾ ਨੂੰ ਆ ਗਏ ਸ਼ਾਂਤੀ ਮੇਰੇ ਪਿਆਰੇ ਆਤਮਾ ਨੂੰ ਆ ਗਏ ਸ਼ਾਂਤੀ ਵਾਹ 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 ਆਤਮਾ ਨੂੰ ਆਵੇ ਸ਼ਾਂਤੀ ਮੇਰੇ ਪਿਆਰੇ ਆਤਮਾ ਨੂੰ ਆਵੇ ਸ਼ਾਂਤੀ ਵਾਹ 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 ਆਤਮਾ ਨੂੰ ਆਵੇ ਸ਼ਾਂਤੀ ਮੇਰੇ ਪਿਆਰੇ ਆਤਮਾ ਨੂੰ ਆਵੇ ਸ਼ਾਂਤੀ ਆਤਮਾ ਨੂੰ ਜੀ ਆ ਜੇ ਸ਼ਾਂਤੀ ਆਤਮਾ ਨੂੰ ਜੀ ਆ ਜੇ ਸ਼ਾਂਤੀ ਆਤਮਾ ਨੂੰ ਜੀ ਆ ਜੇ ਸ਼ਾਂਤੀ ਆਤਮਾ ਨੂੰ ਜੀ ਆਵੇ ਬਈ ਮਨ ਮੰਨ ਜੇ ਗੁਰਾਂ ਦੀ ਹੋ ਜੇ ਕਿਰਪਾ ਆਤਮਾ ਨੂੰ ਆਵੇ ਸ਼ਾਂਤੀ ਮਨ ਮੰਨ ਜੇ ਗੁਰਾਂ ਦੀ ਹੋ ਜੇ ਕਿਰਪਾ ਆਤਮਾ ਨੂੰ ਆਵੇ ਸ਼ਾਂਤੀ ਮਨ ਮੰਨ ਜੇ ਗੁਰਾਂ ਦੀ ਹੋ ਜੇ ਕਿਰਪਾ ਆਤਮਾ ਨੂੰ ਆਵੇ ਸ਼ਾਂਤੀ ਮਨ ਮੰਨ ਜੇ ਗੁਰਾਂ ਦੀ ਹੋ ਜੇ ਕਿਰਪਾ ਆਤਮਾ ਨੂੰ ਆਵੇ ਸ਼ਾਂਤੀ ਸਾਧ ਸੰਗਤ ਫਿਰ ਕਿਰਪਾ ਹੋ ਜਾਵੇ ਗੁਰੂ ਦੀ ਫਿਰ ਹੁਣ ਚੌਥੇ ਪਾਤਸ਼ਾਹ ਤੇ ਅੱਜ ਕਿਰਪਾ ਹੋ ਗਈ ਸਾਧ ਸੰਗਤ ਸੇਵਾ ਕੀਤੀ ਆਗਿਆ ਮੰਨੀ ਮਹਾਰਾਜ ਦੀ ਮਹਾਰਾਜ ਨੇ ਕਿਹਾ ਕਹਿੰਦੇ ਇਹਦੇ ਸਿਰ ਤੇ ਤਾਂ ਛਤਰ ਝੁੱਲਣਗੇ ਫਿਰ ਸਾਧ ਸੰਗਤ ਕਿਰਪਾ ਹੋ ਗਈ ਜੇਠੇ ਤੋਂ ਗੁਰੂ ਰਾਮਦਾਸ ਬਣ ਗਏ ਆਖੋ ਸਤਨਾਮ ਫਿਰ ਜਦੋਂ ਮਹਾਰਾਜ ਨੇ ਗੁਰਤਾ ਗੱਦੀ ਦਿੱਤੀ ਸੀ ਨਾ ਮਹਾਰਾਜ ਨੇ ਫਿਰ ਜਦੋਂ ਸਾਧ ਸੰਗਤ ਤੇ ਆਪਾਂ ਦੇਖਦੇ ਹਾਂ ਜਦੋਂ ਗੁਰਿਆਈ ਦਿੰਦੇ ਫਿਰ ਮਹਾਰਾਜ ਨੂੰ ਜਦੋਂ ਗੱਦੀ ਤੇ ਬੈਠਦੇ ਨਾ ਮਹਾਰਾਜ ਤੀਜੇ ਪਾਤਸ਼ਾਹ ਨੇ ਆਪ ਫਿਰ ਮੱਥਾ ਟੇਕਿਆ ਤੀਜੇ ਪਾਤਸ਼ਾਹ ਨੇ ਗੁਰੂ ਰਾਮਦਾਸ ਪਾਤਸ਼ਾਹ ਨੂੰ ਆਪ ਜਦੋਂ ਸਿਰ ਝੁਕਾਇਆ ਨਾ ਮੱਥਾ ਟੇਕਿਆ ਫਿਰ ਮਹਾਰਾਜ ਦੇਖਦੇ ਨੇ ਫਿਰ ਮਹਾਰਾਜ ਦਾ ਬਾਣੀ ਵਿੱਚ ਸ਼ਬਦ ਵੀ ਆਉਂਦਾ ਨਾ ਜੋ ਹਮਰੀ ਵਿਦ ਹੋਤੀ ਮੇਰੇ ਸਤਿਗੁਰਾ ਸਾਬਿਦ ਤੁਮ ਹਰ ਜਾਨੋ ਹਮ ਰੁਲਤੇ ਫਿਰਤੇ ਕੋਈ ਬਾਤ ਨਾ ਗੁਰ ਸਤਿਗੁਰ ਸੰਗ ਕੀਰੇ ਹਮ ਥਾਪੇ ਅੱਜ ਤੇਰੀ ਕਿਰਪਾ ਦੇ ਨਾਲ ਅਸੀਂ ਕੀੜੇ ਸਾਧ ਸੰਗਤ ਦੇਖ ਲਓ ਕਿੱਥੇ ਬਣ ਗਏ ਕਿੱਥੇ ਪਹੁੰਚ ਗਏ ਅੱਜ ਗੁਰੂ ਬਣਾ ਦਿੱਤਾ ਕਿਰਪਾ ਕਰ ਦਿੱਤੀ ਜਦੋਂ ਫਿਰ ਆਪ ਮਹਾਰਾਜ ਨੇ ਮੱਥਾ ਟੇਕਿਆ ਫਿਰ ਮਹਾਰਾਜ ਅੱਜ ਕਹਿੰਦੇ ਨੇ ਹੁਣ ਮਹਾਰਾਜ ਦੇ ਕਿਰਪਾ ਮਹਾਰਾਜ ਤੇ ਭਰੋਸਾ ਹੋਵੇ ਆਓ ਹੁਣ ਸਮਾਪਤੀ ਦਾ ਵੀ ਸਮਾਂ ਹੋ ਚੁੱਕਿਆ ਜਿਹਦਾ ਉਹ ਬਣ ਗਿਆ ਫਿਰ ਸਾਧ ਸੰਗਤ ਜੇ ਤੂੰ ਮੇਰਾ ਹੋਏ ਰਹਿ ਸਭ ਜਗ ਤੇਰਾ ਹੋਏ ਬਸ ਇਹੀ ਬੇਨਤੀਆਂ ਕਰਿਆ ਕਰੋ ਸੱਚੇ ਪਾਤਸ਼ਾਹ ਕੇ ਤੁਝ ਬਿਨ ਕੌਣ ਹਮਾਰਾ ਮੇਰੇ ਪ੍ਰੀਤਮ ਪ੍ਰਾਣ ਧਾਰਾ
कुछ बिन कौन हमारा जी मेरे प्रीतम प्राण दारा कुछ बिन कौन हमारा मेरे प्रीतम प्राण आधारा 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 मेरे प्रीतम प्राण आधारा मेरे प्रीतम प्राण धारा 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 मेरे प्रीतम प्राण आधारा मेरे प्रीतम प्राण आधारा मेरे प्रीतम प्राण आधारा मेरे प्रीतम प्राण आधारा खुद बिन कवन हमारा मेरे प्रीतम प्राण आधारा खुद बिन कवन हमारा मेरे प्रीतम प्राण धारा कुछ 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 बिन कवन हमारा मेरे प्रीतम प्राण धारा ਕਰੀਏ ਆਓ ਸਾਧ ਸੰਗਤ ਮਹਾਰਾਜ ਜੀ ਆਪਣੇ ਤੇ ਵੀ ਕਿਰਪਾ ਕਰਨ ਉਹਨਾਂ ਦੇ ਲੜ ਲੱਗੇ ਰਹੀਏ ਮਹਾਰਾਜ ਆਪਣੇ ਹੀ ਬਣਾ ਕੇ ਰੱਖਣ ਸੋ ਆਈਆਂ ਸਾਰੀਆਂ ਹੀ ਸੰਗਤਾਂ ਦਾ ਕੋਟ ਕੁਟਾਣ ਧੰਨਵਾਦ ਪਹਿਲਾਂ ਤਾਂ ਥੋੜ੍ਹੀ ਹਿੱਲ ਜੁੱਲ ਹੋ ਗਈ ਕਿਸੇ ਸੰਗਤ ਨੂੰ ਵਿੱਚ ਹੁੰਦਾ ਕੋਈ ਕਾਹਲੀ ਵਾਲਾ ਚਲੋ ਹੁਣ ਬੜਾ ਸੰਗਤ ਦਾ ਪ੍ਰੇਮ ਸਾਰੇ ਇਕਾਗਰ ਚਿੱਤ ਹੋ ਕੇ ਬੈਠੇ ਹੈ ਸਾਰੀਆਂ ਆਈਆਂ ਹੀ ਸੰਗਤਾਂ ਦਾ ਕੋਟ ਕੁਟਾਣ ਧੰਨਵਾਦ ਆਪ ਜੀ ਨੇ ਅਨੇਕਾਂ ਹੀ ਮਹਾਂਪੁਰਖਾਂ ਤੋਂ ਸਾਧ ਸੰਗਤ ਕਥਾ ਕੀਰਤਨ ਵਚਨ ਸੁਣੇ ਆਏ ਸਾਰੇ ਮਹਾਂਪੁਰਸ਼ਾਂ ਦਾ ਸਤਿਪੁਰਸ਼ਾਂ ਦਾ ਧੰਨਵਾਦ ਬਾਬਾ ਪਿਆਰਾ ਸਿੰਘ ਜੀ ਸ਼੍ਰੀਮਾਨ ਸੰਤ ਬਾਬਾ ਅਜੀਤ ਸਿੰਘ ਜੀ ਹੰਸਾਲੀ ਸਾਹਿਬ ਵਾਲਿਆਂ ਦੇ ਗੜਬਈ ਦੀ ਸੇਵਾ ਮਹਾਰਾਜ ਨੇ ਕੀਤੀ ਬਾਬਾ ਜੀ ਉਹਨਾਂ ਨੇ ਉਹ ਵੀ ਆਏ ਸੀ ਹਾਜ਼ਰੀ ਭਰ ਕੇ ਗਏ ਨੇ ਤੇ ਬਾਬਾ ਜੀ ਖੇੜੀ ਮੱਲਾਂ ਵਾਲੇ ਸਾਧ ਸੰਗਤ ਕੱਲ ਵੀ ਮਹਾਰਾਜ ਜੀਆਂ ਨੇ ਹਾਜ਼ਰੀ ਭਰੀ ਨਾਲ ਹੀ ਉਹਨਾਂ ਦੀ ਕਿਰਪਾ ਹੈ ਤੇ ਹੋਰ ਵੀ ਅਨੇਕਾਂ ਹੀ ਮਹਾਂਪੁਰਖ ਕੱਲ ਵੀ ਅਨੇਕਾਂ ਹੀ ਮਹਾਂਪੁਰਖਾਂ ਨੇ ਹਾਜ਼ਰੀ ਭਰੀ ਤੇ ਅੱਜ ਵੀ ਹਾਜ਼ਰੀ ਭਰੀ ਅਸੀਂ ਥੋੜ੍ਹਾ ਜਿਹਾ ਸਮਾਂ ਲੇਟ ਹੋ ਗਿਆ ਸਾਡਾ ਵੀ ਸਮਾਂ ਸਾਨੂੰ ਵੀ ਸੀ ਵੀ ਹਾਂ ਚਲੋ ਸੰਗਤ ਨੇ ਫਿਰ ਜਾਣਾ ਹੁੰਦਾ ਕੋਈ ਦੂਰੋਂ ਆਈਆਂ ਨੇ ਸੰਗਤਾਂ ਫਿਰ ਕਬੇੜਾ ਨਾ ਹੋ ਜਾਵੇ ਚਲੋ ਜਿਵੇਂ ਮਹਾਰਾਜ ਨੂੰ ਭਾਉਂਦਾ ਉਵੇਂ ਹੀ ਕਰਾਉਂਦੇ ਨੇ ਚਲੋ ਸਾਧ ਸੰਗਤ ਆਈਆਂ ਸਾਰੀਆਂ ਹੀ ਸੰਗਤਾਂ ਦਾ ਕੋਟ ਕੁਟਾਣ ਧੰਨਵਾਦ ਮਹਾਂਪੁਰਸ਼ਾਂ ਦਾ ਸਾਰੀਆਂ ਸੰਗਤਾਂ ਦਾ ਕੋਟ ਕੁਟਾਣ ਧੰਨਵਾਦ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦਾ ਕੋਟ ਕੁਟਾਣ ਧੰਨਵਾਦ ਜਿਨ੍ਹਾਂ ਨੇ ਸਾਧ ਸੰਗਤ ਆਪਣੀ ਨਿੱਘੀ ਗੋਦ ਵਿੱਚ ਬਿਠਾ ਕੇ ਹਾਜ਼ਰੀ ਲਵਾਈ ਹੈ ਸਾਧ ਸੰਗਤ ਉਹਨਾਂ ਦੀ ਉਹ ਕਿਰਪਾ ਹੈ ਮਹਾਂਪੁਰਖਾਂ ਦੀ ਹੰਸਾਲੀ ਵਾਲੇ ਮਹਾਰਾਜ ਦੀ ਗੰਢੂਆਂ ਵਾਲੇ ਮਹਾਰਾਜ ਬਾਬਾ ਰਾਮ ਸਿੰਘ ਜੀ ਗੰਢੂਆਂ ਵਾਲੇ ਮਹਾਂਪੁਰਖਾਂ ਦੀ ਕਿਰਪਾ ਹੈ ਰਹਿਮਤ ਹੈ ਸਾਧ ਸੰਗਤ ਉਹਨਾਂ ਦਾ ਆਸ਼ੀਰਵਾਦ ਸੰਗਤ ਦਾ ਪਿਆਰ ਮਹਾਰਾਜ ਜੀ ਕਿਰਪਾ ਕਰਨ ਇਹ ਤਾਂ ਮਹਾਂਪੁਰਖ ਵਡਿਆਈਆਂ ਬਖਸ਼ਦੇ ਨੇ ਤੁਹਾਡੇ ਅੱਗੇ ਅਰਦਾਸ ਹਮਾਰੀ ਜੀਓ ਪਿੰਡ ਸਭ ਤੇਰਾ ਕਹੋ ਨਾਨਕ ਸਭ ਤੇਰੀ ਵਡਿਆਈ ਕੋਈ ਨਾਉ ਨਾ ਜਾਣੇ ਮੇਰਾ ਸਾਧ ਸੰਗਤ ਸਾਨੂੰ ਕੋਈ ਨਹੀਂ ਜਾਣਦਾ ਇਹ ਤਾਂ ਇਹਦੀਆਂ ਹੀ ਵਡਿਆਈਆਂ ਨੇ ਔਰ ਸਾਰੀਆਂ ਹੀ ਸੰਗਤਾਂ ਦਾ ਜੋ ਵੀ ਵੀਰ ਭਾਈ ਟਰਾਲੀ ਦੀ ਸੇਵਾ ਲੈ ਕੇ ਆਏ ਨੇ ਉਹਨਾਂ ਦਾ ਵੀ ਸਾਰਿਆਂ ਦਾ ਹੀ ਧੰਨਵਾਦ ਤੇ ਈਸ਼ਰ ਟੀਵੀ ਵਾਲੇ ਵੀਰ ਜੋ ਨੈੱਟ ਤੇ ਸਾਧ ਸੰਗਤ ਤੇ ਸਾਰੇ ਸਮਾਗਮ ਦਾ ਸਿੱਧਾ ਪ੍ਰਸਾਰਣ ਯੂਟਿਊਬ ਤੇ ਸਾਰੀਆਂ ਸੰਗਤਾਂ ਦੇਖ ਵੀ ਲਿਆ ਕਈਆਂ ਨੇ ਹੁਣ ਦੇਖ ਵੀ ਰਹੇ ਹੋਵੋਗੇ ਸਾਧ ਸੰਗਤ ਜਦ ਵੀ ਜੀ ਕਰੇ ਦੇਖ ਸਕਦੇ ਹਾਂ ਆਪਾਂ ਇਹ ਸਾਰਾ ਸਮਾਗਮ
यूट्यूब ते साध संगत ईश्वर टीवी वाले ने कीता है, इन्हां दा भी बहुत धन्नवाद करदे आं। सो सारी संगतां दा द्वार तों कोट कोट धन्नवाद। साध संगत आओ हुण इन्नियां कु हाजरियां प्रवान बाबा अमरजीत सिंह जी फरीदपुर वाले, ओ कल दी साध संगत इत्थे पहुंचे ने, स्टेज सैकटरी दी भी ड्यूटी निभा रहे सी। साध संगत उन्हां नाल भी बड़ा प्रेम है। अज महापुरखां दे आउण करके बाबा अमरीक सिंह जी ने कल आउणा सी, कोई प्रॉब्लम करके आ नहीं होया, अज आए ते महापुरखां नूं टाइम भी दे नहीं होया। हुण बेनती, मेरी बेनती होया इन्हां नूं भई आनंद साहब ते गुरसूत्र पढ़ के ही समाप्ति करनगे। आओ किसे भी संगत ने जाना नहीं, हुण समा समाप्ति दा ही है। हाजरी अपनी सारयां दी अरदास विच लगेगी, सो किसे ने भी जाना नहीं। पहला महाराज जी अपने जाणगे ग्रह विखे, फिर आपां इन्हां दे पिछे पिछे जाणा। जिन्हां संगतां ने हले प्रशादा पाणी लंगर नहीं छकिया, तां सारियां संगतां ने साध संगत लंगर छक के जाणा है। किसे ने भी इदां नहीं जाणा, जो महाराज जी कृपा करन। आओ इन्नियां कु हाजरियां प्रवान करियो, होईआं तमाम भुल्लां चुक्कां दी खिमा। हुण बाबा जी हाजरी भर के फिर समाप्ति करनगे। सारे आखो जी, कोई भी रस ना वांझी ना रहे। सारे आखो जी, वाहेगुरु जी का खालसा, वाहेगुरु जी की फतेह।